ਸਤ ਸ੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਵਨ ਟੀਵੀ ਤੇ ਅੱਜ ਜਿਵੇਂ ਦਰਸ਼ਕੋ ਸਿੱਖਾਂ ਦੀ ਇੱਕ ਮਹਾਨ ਹਸਤੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਪਰ ਉਹ ਮਹਾਨ ਹਸਤੀ ਵੀ ਨੇ ਉਹਨਾਂ ਨੇ ਬਹੁਤ ਕੁਰਬਾਨੀ ਕੀਤੀ ਹੈ ਕੌਮਲੀ ਉਹਨਾਂ ਦੇ ਪਰਿਵਾਰ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਔਰ ਜਿਹੜੀ ਸਾਡੀ ਜਾਣਕਾਰੀ ਆ ਉਸ ਮੁਤਾਬਕ ਉਸ ਪਰਿਵਾਰ ਨੇ ਉਹਨਾਂ ਦੀ ਪਤਨੀ ਧਰਮ ਪਤਨੀ ਨੇ ਕਦੇ ਕੋਈ ਪੈਸਾ ਸ਼੍ਰੋਮਣੀ ਕਮੇਟੀ ਦਾ ਜਾਂ ਪੰਥ ਵੱਲੋਂ ਕਿਸੇ ਕਿਸਮ ਦਾ ਕੋਈ ਲਾਹਾ ਨਹੀਂ ਲਿਆ ਸੋ ਇਹੋ ਜੀ ਕੁਰਬਾਨੀ ਸੰਤ ਜਰਨੈਲ ਸਿੰਘ ਹੋਣਾ ਦੀ ਔਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਤੋਂ ਬਾਅਦ ਮੁਖੀ ਬਣੇ ਸੀ ਬਾਬਾ ਠਾਕੁਰ ਸਿੰਘ ਜੀ ਹੁਣ ਗੱਲ ਥੋੜੀ ਜੀ ਦੁਬਿਧਾ ਦੇ ਵਿੱਚ ਪੈ ਜਾਂਦੀ ਹੈ ਕਿ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਹੋਣੀ ਜਿਹੜੀ ਆਪਣੀ ਗੱਦੀ ਦੇ ਕੇ ਗਏ ਸੀ ਜ਼ਿੰਮੇਵਾਰੀਆਂ ਦੇ ਕੇ ਗਏ ਸੀ ਉਹ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਦੇ ਕੇ ਗਏ ਸੀ ਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਬਚਨ ਕੀਤਾ ਸੀ ਕਿ ਜੋ ਬਾਬਾ ਠਾਕੁਰ ਸਿੰਘ ਜੀ ਕਹਿਣਗੇ ਉਦੇ ਉੱਪਰ ਸਾਰੀਆਂ ਸੰਗਤਾਂ ਨੇ ਫੁੱਲ ਚੜਾਉਣੇ ਉਹਨਾਂ ਦਾ ਹੁਕਮ ਮੰਨਣਾ ਤੇ ਉੱਥੋਂ ਫਿਰ ਇੱਕ ਦੁਬਧਾ ਪੰਥ ਦੇ ਵਿੱਚ ਪੈਦਾ ਹੋਈ ਕਿਉਂਕਿ ਬਾਬਾ ਠਾਕੁਰ ਸਿੰਘ ਜੀ ਜਰੋਂ ਤੱਕ ਉਹ ਅਕਾਲ ਚਲਾਣਾ ਨਹੀਂ ਕੀਤੇ ਇਸ ਸੰਸਾਰ ਤੇ ਮੌਜੂਦ ਰਹੇ ਨੇ ਉਦੋਂ ਤੱਕ ਉਹ ਕਹਿੰਦੇ ਰਹੇ ਨੇ ਕਿ ਮੈਂ ਸੰਤ ਜਰਨੈਲ ਸਿੰਘ ਜਿਹੜੇ ਨੇ ਜਿਉਂਦੇ ਨੇ ਔਰ ਮੈਂ ਜਰੋਂ ਇਸ ਸੰਸਾਰ ਤੋਂ ਜਾਵਾਂਗਾ ਤੇ ਮੈਂ ਉਹਨਾਂ ਦੀ ਬਾਹ ਪੰਥ ਨੂੰ ਫੜਾ ਕੇ ਜਾਵਾਂਗਾ ਹਾਲਾਂਕਿ ਇਸ ਤਰ੍ਹਾਂ ਨਹੀਂ ਹੋਇਆ ਜਿੱਥੋਂ ਕਰਕੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਵਿਰੋਧੀ ਵੀ ਹੋ ਸਕਦੇ ਨੇ ਆਲੋਚਕ ਵੀ ਹੋ ਸਕਦੇ ਨੇ ਜਾਂ ਕੁਝ ਵੀ ਆਪਾਂ ਕਹਿ ਲੋ ਜਾਂ ਕਿਸੇ ਜਿਹੜੇ ਸ਼ਰਧਾਲੂ ਵੀ ਹੋਣਗੇ ਉਹਨਾਂ ਦੇ ਮਨ ਦੇ ਵਿੱਚ ਵੀ ਸ਼ੰਕਾ ਪੈਦਾ ਹੋ ਸਕਦਾ ਕਿ ਬਾਬਾ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਮੈਂ ਸੰਸਾਰ ਤੋਂ ਜਾਵਾਂਗਾ ਤਾਂ ਮੈਂ ਸੰਤ ਗਿਆਨੀ ਜਰਨੈਲ ਸਿੰਘ ਹੁਣਾਂ ਦੀ ਬਾਹ ਜਿਹੜੀ ਹੈ ਪੰਥ ਨੂੰ ਫੜਾ ਕੇ ਜਾਵਾਂਗਾ ਤੇ ਇੱਕ ਇਹ ਵੀ ਸਵਾਲ ਆਪਾਂ ਕਰਾਂਗੇ ਮੇਰੇ ਨਾਲ ਹੈਗੇ ਨੇ ਜਿਹੜੇ 16 ਸਾਲ ਉਹਨਾਂ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਸੰਗਤ ਕੀਤੀ ਉਹਨਾਂ ਦੇ ਕੋਲੋਂ ਸੰਥਿਆ ਪ੍ਰਾਪਤ ਕੀਤੀ ਔਰ ਟਕਸਾਲ ਦੇ ਵਿੱਚ ਸੇਵਾ ਕਰਦੇ ਰਹੇ ਨੇ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਉਹ ਬਤੌਰ ਪ੍ਰਚਾਰਕ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਕਰਦੇ ਨੇ ਉਹਨਾਂ ਦਾ ਨਾਮ ਹੈ ਜੀ ਗਿਆਨੀ ਸਤਨਾਮ ਸਿੰਘ ਜੀ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਕੌਮ ਆ ਬੜੇ ਵੱਡੇ ਪੱਦਰ ਤੇ ਉਹਨਾਂ ਨੂੰ ਸ਼ਹੀਦ ਮੰਨਦੀ ਆ ਲੇਕਿਨ ਜਿਹੜੇ ਤਕਸਾਲ ਦੇ ਬਹੁਤ ਸਾਰੇ ਬੰਦੇ ਨੇ ਉਹਨਾਂ ਨੂੰ ਅੱਜ ਵੀ ਕਹਿੰਦੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤੁਸੀਂ ਵੀ ਹੋ ਤੇ ਕਿਉਂਕਿ ਤੁਸੀਂ ਤੁਹਾਡੀ ਗੱਲਬਾਤ ਦਾ ਆਧਾਰ ਹੈਗਾ ਜੀ ਜੋ ਸੰਤ ਬਾਬਾ ਠਾਕੁਰ ਸਿੰਘ ਜੀ ਕਹਿ ਕੇ ਗਏ ਸੀ ਤੁਸੀਂ ਅੱਜ ਵੀ ਉਹਨਾਂ ਦੇ ਬਚਨਾਂ ਤੇ ਫੁੱਲ ਚੜਾ ਰਹੇ ਹੋ ਲੇਕਿਨ ਟਕਸਾਲ ਦੇ ਮੌਜੂਦਾ ਮੁਖੀ ਵੀ ਧੁਮਾ ਸਾਹਿਬ ਵੀ ਉਹ ਵੀ ਸ਼ਹੀਦੀ ਦਿਹਾੜੇ ਮਨਾਉਂਦੇ ਨੇ ਸ਼੍ਰੋਮਣੀ ਕਮੇਟੀ ਨੇ ਵੀ ਉਹਨਾਂ ਨੂੰ ਸ਼ਹੀਦ ਐਲਾਨ ਕਰ ਦਿੱਤਾ ਤੇ ਇਹ ਇੱਕ ਦੁਬਧਾ ਪੈ ਚੁੱਕੀ ਆ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਨੂੰ ਲੈ ਕੇ ਜਾਂ ਉਹਨਾਂ ਦੇ ਜਿਹੜੇ ਇਸ ਟਾਈਮ ਵੀ ਮੌਜੂਦ ਹੋਣ ਦੀ ਗੱਲ ਨੂੰ ਲੈ ਕੇ ਆਖਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਸ ਧਿਰ ਨੂੰ ਸੱਚ ਮੰਨੇ ਉਸ ਧਿਰ ਨੂੰ ਸੱਚ ਮੰਨਿਆ ਜਾਵੇ ਜਿਹੜੇ ਕਹਿੰਦੇ ਆ ਕਿ ਸ਼ਹੀਦ ਹੋ ਚੁੱਕੇ ਨੇ ਜਾਂ ਉਹਨਾਂ ਨੂੰ ਸੱਚ ਮੰਨਿਆ ਜਾਵੇ ਜਿਹੜੇ ਕਹਿੰਦੇ ਨੇ ਕਿ ਸੰਤ ਗਿਆਨੀ ਚਰਨੈਲ ਸਿੰਘ ਹੁਣੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਮੂਹ ਸੰਗਤਾਂ ਨੂੰ ਮੈਂ ਫੇਰ ਦੁਬਾਰਾ ਸਾਝ ਪਾਉਂਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਪਾਲ ਸਿੰਘ ਜੀ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ ਨਾ ਜੀ ਇਹ ਸਵਾਲ ਬਹੁਤ ਕਾਮਨ ਹੈ ਆਮ ਹੀ ਹੈ ਬਹੁਗਿਣਤੀ ਜਿਹੜੀਆਂ ਸੰਗਤਾਂ ਬਣੇ ਜੀ ਜਾਂ ਖਾਸ ਕਰਕੇ ਬਹੁਗਿਣਤੀ ਜਿਹੜੇ ਲੀਡਰ ਹੈ ਜਿਹੜੇ ਆਪਣੇ ਰਾਜਸੀ ਪੱਧਰ ਵਾਲੇ ਜ਼ਹੀਦਾ ਰਾ ਧਾਰਮਿਕ ਪੱਧਰ ਵਾਲੇ ਆ ਜੀ 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 ਉਹ ਇਹ ਸਾਰੇ ਹੀ ਗੱਲ ਕਹਿੰਦੇ ਆ ਮੈਂ ਆਪ ਜੀ ਨੂੰ ਸਭ ਤੋਂ ਪਹਿਲਾਂ ਜਿਹੜੀ ਮੁੱਖ ਬੇਨਤੀ ਹੈ ਨਾ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਆ ਜੀ ਬਾਬਾ ਠਾਕੁਰ ਸਿੰਘ ਜੀ ਨੂੰ 26 ਜੁਲਾਈ 1981 ਨੂੰ ਨਾਰੰਗਵਾਲ ਲੁਧਿਆਣੇ ਸੰਤ巴巴 ਜਰਨੈਲ ਸਿੰਘ ਖਾਲਸਾ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਮੁਖੀ ਚੁਣਨਾ ਉਹਨਾਂ ਜੀ ਜੀ ਤੇ ਉਹਦੇ ਵਿੱਚ ਤੁਸੀਂ ਅੱਜ ਵੀ ਇੱਕ ਭਾਈ ਨਰੈਣ ਸਿੰਘ ਜੀ ਚੌੜਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬੜੀ ਉਹਨਾਂ ਦੀ ਪੰਥ ਦੇ ਵਿੱਚ ਬਹੁਤ ਸੇਵਾ ਹੈ ਬੜੀ ਜੀ ਉਹ ਵੀ ਪੰਜਾਬ ਦੇ ਵਾਸਤੇ ਸੁਹਿਰਦ ਨੇ ਜੀ ਤੇ ਉਹਨਾਂ ਦੀ ਕਿਤਾਬ ਜਿਹੜੀ ਸਿੰਘ ਗਰਜ ਲਿਖੀ ਆ ਉਹਨਾਂ ਨੇ ਭਾਵੇਂ ਉਹਦੇ ਵਿੱਚ ਉਹਨਾਂ ਨੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਵਿੱਚੋਂ ਬਚਨ ਕੱਢ ਕੱਢ ਕੇ ਬਹੁਤ ਸਾਰੇ ਤੇ ਹੋਰ ਵੀ ਗੱਲਾਂ ਕਹਿ ਕੇ ਤੇ ਉਹਨੇ ਵੀ ਜਿਹੜਾ ਪਹਿਲਾਂ ਆਪਣੇ ਵੱਲੋਂ ਲਿਖੀ ਜਾਂਦੀ ਜਿਹਨੂੰ ਆਪਾਂ ਭੂਮਿਕਾ ਕਹਿ ਸਕਦੇ ਆ ਜਾਂ ਮੁੱਖ ਕੋਈ ਵੀ ਗੱਲ ਕਹਿ ਸਕਦੇ ਉਹਦੇ ਵਿੱਚ ਉਹਨੇ ਇਹ ਗੱਲਾਂ ਕਈਆਂ ਸਾਰੀ ਜੀ فرمایا ਉਹ ਸਿੰਘ ਦੇ ਬਿਲੇ ਹਾਰ ਜਾਣਾ ਮੈਂ ਉਹਦਾ ਧੰਨਵਾਦ ਕਰਦਾ ਵਾਂ ਕਿ ਉਹਨੇ ਜਿੰਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਜਿਹੜੇ ਬਚਨ ਲਿਖੇ ਆ ਉਹਨਾਂ ਵਿੱਚ ਆਪਣੀ ਮਨਮਰਜ਼ੀ ਨਹੀਂ ਵੜੀ ਜੀ 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 ਉਹਨਾਂ ਨੇ ਜਿਹੜਾ ਇਹ ਗ੍ਰੰਥ ਲਿਖਿਆ ਕਿਤਾਬ ਲਿਖੀ ਹੈ ਸਿੰਘ ਗਰਜ ਉਹਦਾ ਸਭ ਤੋਂ ਪਹਿਲਾ ਚੈਪਟਰ ਹੀ ਹੈ ਜਾਨਸ਼ੀਮ ਦੀ ਝੋਣ ਜੀ ਉਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਜੋ ਉਹ ਬਚਨਵਾ ਉਹਨਾਂ ਦੀ YouTube ਦੇ ਉੱਤੇ ਮੂਵੀ ਵੀ ਹੈਗੀ ਹੈ ਜੀ ਤੇ ਉਹ ਉਹ ਸੁਣੀਏ ਜਦੋਂ ਤੇ ਉਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਜਿੱਥੇ ਸਾਰੀਆਂ ਜ਼ਿੰਮੇਵਾਰੀਆਂ ਦਿੰਦੇ ਆ ਸੰਗਤਾਂ ਨੂੰ ਬਾਰ-ਬਾਰ ਇਹ ਬਚਨ ਕਹਿੰਦੇ ਆ ਕਿ ਬਾਬਾ ਠਾਕੁਰ ਸਿੰਘ ਜੀ ਦਾ ਬਚਨ ਮੰਨਣਾ ਅਤੇ ਫੁੱਲ ਚੜ੍ਹਾਉਣੇ ਉਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਕਹਿੰਦੇ ਆ ਕਹਿੰਦੇ ਮੇਰੇ ਇਸ ਕਹਿਣ ਤੋਂ ਇਹ ਨਾ ਸਮਝ ਲਿਓ ਕਿ ਸ਼ਾਇਦ ਇਹਨੇ ਮਾਰੀ ਜਾਣਾ ਹੂੰ ਕਹਿੰਦੇ ਜਿਉਣਾ ਤੇ ਉਹਨੇ ਚਿਹਰਾ ਜਿੰਨੇ ਚਿਹਰੇ ਪ੍ਰਾਪਲਬਤ ਹੁੰਦੀ ਹੈ ਜੀ ਪਰ ਕਈ ਵਾਰ ਕਈ ਇਹੋ ਜੀਆਂ ਗੱਲਾਂ ਹੋ ਜਾਂਦੀਆਂ ਜਿਨ੍ਹਾਂ ਦਾ ਫਿਰ ਹੱਲ ਨਹੀਂ ਲੱਭਦਾ ਇਹ ਮੈਂ ਤਾਂ ਕਹਿੰਦੇ ਆ ਕਿ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਦਾ ਕੋਈ ਭਰਮ ਨਾ ਪੈਦਾ ਹੋਵੇ ਜੀ ਤੁਸੀਂ ਮੈਨੂੰ ਹੁਣ ਦੱਸਦਾਓ ਕਿ ਸੰਤਾਂ ਦੀ 시ਧੀ ਤੋਂ ਇਲਾਵਾ ਕੀ ਭਰਮ ਕੌਮ ਦੇ ਵਿੱਚ ਆ ਦੇਖੋ ਮੈਂ ਤਾਂ ਇਹੀ ਆ ਨਾ ਕਿਉਂਕਿ ਇੱਕ ਤਾਂ ਇਹ ਭਰਮ ਹੈਗਾ ਆ ਦੂਸਰਾ ਕਿਉਂਕਿ ਜੇ ਮੈਂ ਤੁਸੀ ਸੰਤਾ ਸੰਤਾ ਦੀ ਸਪੀਚ ਦਾ ਤੁਸੀ ਹਵਾਲਾ ਦੇ ਰਹੇ ਹੋ ਤੇ ਸੰਤ ਜਗਨ ਸਿੰਘ ਜੀ ਜੀ ਤੁਸੀਂ ਗੱਲ ਕੰਪਲੀਟ ਕਰੋ ਫਿਰ ਮੈਂ ਕਰਦਾ ਮੈਂ ਦੂਜੀ ਬੇਨਤੀ ਵੀ ਕਰਦਾ ਤੁਹਾਨੂੰ ਜੀ 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 ਤੁਸੀਂ ਬਾਬਾ ਠਾਕਰ ਸਿੰਘ ਜੀ ਦੀ ਜਿਹੜੀ ਸ਼ਖਸੀਅਤ ਹੈ ਜਿਹੜੀ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਉਹਨਾਂ ਦੀ ਪੰਥ ਦੀ ਸੇਵਾ ਹੈ ਜੋ ਉਹਨਾਂ ਨੇ ਟਕਸਾਲ ਦੀ ਸੇਵਾ ਕੀਤੀ ਹੈ ਜੀ ਇੱਕ ਬਾਬਾ ਬਾਬਾ ਜੀ ਦੇ ਬਚਨ ਨੂੰ ਇਸ ਨੂੰ ਛੱਡ ਦਈਏ ਜਿਹੜਾ ਉਹਨਾਂ ਨੇ ਕਿਹਾ ਕਿ ਸੰਤਾ ਚੜਦੀ ਕਲਾ ਚ ਸਮਾ ਆਉਣ ਤੇ ਉਹ ਕੌਮ ਦੀ ਅਗਵਾਈ ਕਰਨਗੇ ਇਸ ਬਚਨ ਨੂੰ ਲਾਂਬੇ ਰੱਖ ਦੋ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਤੇ ਕੋਈ ਦਾਗ ਲਗਾ ਕੇ ਵਿਖਾ ਦੋ ਕਿਸੇ ਕੱਲ ਦਾ ਵੀ ਹੋਵੇ ਬਾਬਾ ਠਾਕੁਰ ਸਿੰਘ ਜੀ ਬਾਰੇ ਉਹਨਾਂ ਦੇ ਆਲੋਚਕ ਇੱਕ ਸ਼ਬਦ ਬੜਾ ਬੋਲਦੇ ਨੇ ਕਿਉਂਕਿ ਜਿਵੇਂ ਜਰਨੈਲ ਸਿੰਘ ਪਿੰਡਰਾਂ ਵਾਲੇ ਹੁਣੇ ਆ ਬਹੁਤ ਢੜਲੇ ਨਾਲ ਸਪੀਚਾਂ ਕਰਦੇ ਸੀ ਅਗਵਾਈ ਕਰਦੇ ਸੀ ਔਰ ਜੋ ਵੀ ਲੋੜ ਪੈਂਦੀ ਸੀ ਕੌਮ ਨੂੰ ਉਹਦੀ ਪੂਰੀ ਉਸ ਜਿਵੇਂ ਵੀ ਜਿਹੜੀ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਉਹ ਸੇਵਾ ਕਰਦੇ ਸੀ ਲੇਕਿਨ ਉਹ ਜਿਹੜਾ ਇੱਕ ਰੇਤ ਸੀ ਟਕਸਾਲ ਦੀ ਉਹ ਬਾਬਾ ਠਾਕੁਰ ਸਿੰਘ ਜੀ ਦੇ ਆਉਣ ਨਾਲ ਇਉਂ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਕਿ ਉਹ ਘਟ ਗਈ ਬਾਬਾ ਠਾਕੁਰ ਸਿੰਘ ਜੀ ਨੂੰ ਮੈਂ ਮਾਫੀ ਚਾਹੁੰਦਾ ਇੱਥੋਂ ਤੱਕ ਵੀ ਲੋਕ ਕਹਿ ਦਿੰਦੇ ਨੇ ਜਿਹੜੇ ਉਹਨਾਂ ਦੇ ਆਲੋਚਕ ਨੇ ਕਿ ਉਹ ਇੱਕ ਗੂੰਗਾ ਸੰਤ ਸੀ ਹੁਣ ਇਹਦੇ ਬਾਰੇ ਸਪਸ਼ਟਿਕਰਨ ਤਾਂ ਟਕਸਾਲ ਹੀ ਦੇ ਸਕਦੀ ਹੈ ਜੀ ਨਹੀਂ ਮੈਂ ਹੁਣ ਤੁਹਾਨੂੰ ਆਪਣੇ ਆਉਣ ਤੋਂ ਪਹਿਲਾਂ ਦੀਆਂ ਕੁਝ ਉਦਾਹਰਣਾਂ ਤੇ ਜਿਹੜੀਆਂ ਮੇਰੇ ਹੁੰਦਿਆਂ ਦੀਆਂ ਮੇਰੇ ਜਥੇ 'ਚ ਰਹਿੰਦਿਆਂ ਦੀਆਂ ਜਿਹੜੀਆਂ ਉਦਾਹਰਣਾਂ ਮੈਂ ਤੁਹਾਨੂੰ ਦੱਸਾਂ ਕਿ ਲਿਖਤੀ ਤੌਰ ਦੇ ਉੱਤੇ 10 ਸਤੰਬਰ 1999 ਜਿਹਨੂੰ ਆਪਾਂ 89 ਕਹਿ ਦਿੰਦੇ ਹਾਂ 10 ਸਤੰਬਰ 1999 ਦੀ ਮੇਰੀ ਜਿਹੜੀ ਆ ਉਹ ਟਕਸਾਲ ਵਿੱਚ ਲਿਖਤੀ ਐਂਟਰੀ ਹੈ ਠੀਕ ਹੈ ਜੀ ਉਤੋਂ ਬਾਅਦ ਦੇ ਬਹੁ ਗਿਣਤੀ ਜਿਹੜੇ ਮੇਰੇ ਤੱਕ ਪਹੁੰਚੇ ਜਾਂ ਜੋ ਮੈਂ ਅੱਖੀਂ ਵੇਖੇ ਤੇ ਸੁਣੇ ਆ ਜੀ ਮੈਂ ਤੁਹਾਨੂੰ ਉਹ ਦੋਵੇਂ ਉਦਾਹਰਣਾਂ ਦਵਾਂਗਾ ਤੁਸੀਂ ਜਾਂ ਕੌਮ ਨੇ ਆ ਫੈਸਲਾ ਕਰਨਾ ਹੈ ਸੰਗਤਾਂ ਨੇ ਸੁਣ ਕੇ ਕਿ ਬਾਬਾ ਠਾਕੁਰ ਸਿੰਘ ਜੀ ਗੁੰਗੇ ਸਨ ਜਾਂ ਕੁਝ ਬੋਲਦੇ ਜੀ 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 ਜਾਰਜ ਫਰਾਂਡੀਜ਼ ਤੁਸੀਂ ਜਾਣਦੇ ਹੋਣੇ ਪਹਿਲਾਂ ਇੱਕ ਜਨਤਾਧਾਲੀ ਹੀ ਉਹਦੇ ਵਿੱਚ ਹੁੰਦਾ ਹੈ ਜੀ ਜੀ ਜਦੋਂ ਵੀ ਵੀ ਪੀ ਸਿੰਘ ਪ੍ਰਧਾਨ ਮੰਤਰੀ ਬਣਿਆ ਨਾ ਆਜ ਕੇ ਗੁਜਰਾਲ ਸ਼ਾਇਦ ਉਹਨਾਂ ਦਾ ਨਾਂ ਆਪਣੇ ਜਲੰਧਰ ਦੇ ਬੜੇ ਨੇਕ ਮਨੁੱਖ ਸੀ ਇਹ ਵੀ ਹਾਂਜੀ 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 ਉਸ ਸਮੇਂ ਜਾਰਜ ਫਰਾਂਡੀਜ਼ ਨੂੰ ਭੇਜਿਆ ਗਿਆ ਦਿੱਲੀ ਤੋਂ ਕਿ ਜਾਓ ਜਾ ਕੇ ਬਾਬਾ ਜੀ ਨਾਲ ਬਚਨ ਕਰਕੇ ਤੇ ਸ਼ਾਂਤੀ ਵਰਤਾਓ ਹੂੰ ਉਹ ਆਉਂਦੇ ਨੇ ਮੈਤਾ ਚੌਕ ਜੀ ਭਾਈ ਮੋਹਕਮ ਸਿੰਘ ਜੀ ਹੋਰ ਬੜੇ ਬੜੇ ਜਿਹੜੇ ਸਿੰਘ ਆ ਪੁਰਾਣੇ ਤੇ ਉਹ ਵੀ ਬਾਬਾ ਜੀ ਕੋਲ ਪਹੁੰਚਦੇ ਆ ਤੇ ਉਹ ਸਾਰੇ ਇਹ ਕਹਿੰਦੇ ਕਿ ਬਾਬਾ ਜੀ ਇਹ ਲੀਡਰ ਹੈ ਬਹੁਤ ਜਿਹੜੇ ਲੀਡਰ ਹੁੰਦੇ ਆ ਜਿਹੜੇ ਰਾਜਨੀਤਿਕ ਹੁੰਦੇ ਆ ਉਹ ਬਹੁਤ ਤੇਜ ਤਰਾਰ ਹੁੰਦੇ ਆ ਉਹਨਾਂ ਦਾ ਦਿਮਾਗ ਜਿਹੜਾ ਹੈ ਉਹਨਾਂ ਦੇ ਜਿਹੜੇ ਪ੍ਰਸ਼ਨ ਆ ਉਹਨਾਂ ਨੂੰ ਜਵਾਬ ਦੇਣਾ ਕਿਤੇ ਸੌਖਾ ਨਹੀਂ ਹੁੰਦਾ ਹਮ ਜੀ ਤੇ ਆਪਾਂ ਮਾਨ ਨੂੰ ਸੱਦ ਲਈਏ ਸਿਮਰਨਜੀਤ ਸਿੰਘ ਮਾਨ ਨੂੰ ਹਾਂ ਮਾਨ ਨੂੰ ਸੱਦ ਲਈਏ ਹਨਾ ਜੀ ਬਾਬਾ ਜੀ ਕਹਿੰਦੇ ਮੈਂ ਗੱਲ ਕਰਦਾ ਤੁਹਾਨੂੰ ਜੇ ਗੱਲ ਕਰਨ ਤੋਂ ਡਰ ਆਉਂਦਾ ਤੇ ਮੈਂ ਕਰਦਾ ਹੂੰ ਤੁਸੀਂ ਉਹਨੂੰ ਲੈ ਕੇ ਆਓ ਠੀਕ ਹੈ ਜੀ ਜਾਨੀ ਕਿ ਜਿੱਥੇ ਕਿਤੇ ਚਾਹ ਪਾਣੀ ਪੀਂਡ ਹੈ ਜਾਂ ਜਿੱਥੇ ਉਹਨਾਂ ਦੀ ਉਹਨਾਂ ਦੀ ਰਹਾਇਸ਼ ਕਰਾਈ ਹੋਏਗੀ ਉਸ ਸਮੇਂ ਕਿਉਂਕਿ ਮੈਂ ਉਦੋਂ ਜਥੇ ਚ ਨਹੀਂ ਸੀ ਅਜੇ ਐ ਮੈਂ ਤੁਹਾਨੂੰ ਗੱਲ ਪਹਿਲਾਂ ਪਹਿਲੀ ਦੱਸਣ ਲੱਗਾ ਮੇਰੇ ਜਥੇ ਆਉਣ ਤੋਂ ਪਹਿਲਾਂ ਦੀ ਜਿਹੜੀ ਗੱਲ ਠੀਕ ਹੈ ਜੀ ਤੇ ਬਾਬਾ ਜੀ ਨੇ ਕਿਹਾ ਜਾਓ ਉਹਨੂੰ ਬੁਲਾ ਕੇ ਲਿਆਓ ਮੈਂ ਗੱਲ ਕਰਾਂਗਾ ਹੁਣ ਸਾਰੇ ਡਰਦੇ ਸੀ ਪਤਾ ਨਹੀਂ ਬਾਬਾ ਜੀ ਨੇ ਕੀ ਗੱਲ ਕਰਨੀ ਕੀ ਨਹੀਂ ਹਨਾ ਹੂੰ ਉਹ ਆਇਆ ਉਹਨੇ ਜਿੱਤਰਾ ਬੈਠਾ ਬਾਬਾ ਜੀ ਕੋਲ ਤੇ ਬੇਨਤੀਆਂ ਕੀਤੀਆਂ ਜੀ ਕਿਰਪਾ ਕਰੋ ਪੰਜਾਬ ਵਿੱਚ ਆਪਾਂ ਰਲ ਮਿਲ ਕੇ ਤੇ ਸ਼ਾਂਤੀ ਕਰੀਏ ਇਹ ਮਾਹੌਲ ਸ਼ਾਂਤ ਹੋ ਜੇ ਸਾਰਾ ਜੀ ਤੇ ਤੁਸੀਂ ਕਰੋ ਕਿਉਂਕਿ ਤੁਸੀਂ ਇਸ ਸਮੇਂ ਟਕਸਾਲ ਦੇ ਜ਼ਿੰਮੇਵਾਰ ਹੋ ਤੇ ਟਕਸਾਲ ਵੱਲੋਂ ਇਹ ਸੰਘਰਸ਼ ਆਰੰਭਿਆ ਗਿਆ ਹੈ ਜੀ ਬਾਬਾ ਠਾਕੁਰ ਸਿੰਘ ਜੀ ਮਹਾਪੁਰਸ਼ਾਂ ਨੇ ਪਹਿਲਾਂ ਹੀ ਉਹਨੂੰ ਸਵਾਲ ਕੀਤਾ ਕਿ ਤੂੰ ਕਿੱਥੋਂ ਆਇਆ ਹੂੰ ਉਹ ਕਹਿੰਦਾ ਮੈਂ ਦਿੱਲੀੋਂ ਆਇਆ ਜੀ ਬਾਬਾ ਜੀ ਆਂਦੇ ਕਿ ਤੈਨੂੰ ਦਿੱਲੀੋਂ ਆਉਂਦਿਆਂ ਇੱਥੇ ਰਸਤੇ ਵਿੱਚ ਕਿਸੇ ਨੇ ਤੇਰੀ ਤਲਾਸ਼ੀ ਲਈ ਤੈਨੂੰ ਕਿਸੇ ਨੇ ਰੋਕਿਆ ਜੀ ਤੰਗ ਤੰਗ ਪਰੇਸ਼ਾਨ ਕੀਤਾ ਪੰਜਾਬ ਵਿੱਚ ਕਿਤੇ ਤੈਨੂੰ ਜੀ ਕਹਿੰਦਾ ਜੀ ਨਹੀਂ ਬਾਬਾ ਜੀ ਕਹਿੰਦੇ ਮੈਂ ਇੱਥੋਂ ਸਵੇਰੇ ਜੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦਾ ਤੇ ਉੱਥੋਂ ਵਾਪਸ ਆਉਣਾ ਹੈ ਮੈਨੂੰ ਤੁਹਾਡੀ ਫੌਜ ਜਾਂ ਪੁਲਿਸ ਜਿਹੜੀ ਪੰਜਾਬ 'ਚ ਲੱਗੀ ਬੀਐਸਐਫ ਪੁਲਿਸ ਵਾਲੇ ਸੀਆਰਪੀ ਬੀਐਸਐਫ ਵਾਲੇ ਇਹ ਮੈਨੂੰ ਅਨੇਕਾਂ ਥਾਵਾਂ ਤੇ ਰੋਕ ਕੇ ਸ਼ਾਂਤ ਜਿੱਤ ਤਰ੍ਹਾਂ ਤਲਾਸ਼ੀ ਕਰਦੇ ਆ ਤਲਾਸ਼ੀ ਲੈਂਦੇ ਨੇ ਹਾਂਜੀ ਮੈਨੂੰ ਜਲੀਲ ਕਰਦੇ ਆ ਸਿੰਘਾਂ ਨੂੰ ਸਾਡਿਆਂ ਨੂੰ ਸੰਗਤਾਂ ਨੂੰ ਜੀ ਤੇ ਤੁਸੀਂ ਦੱਸੋ ਕਿ ਸ਼ਾਂਤੀ ਮੈਂ ਵਰਤੋਣੀ ਕਿ ਤੁਸੀਂ ਵਰਤੋਣੀ ਤੁਸੀਂ ਜਿਹੜੇ ਜਨਤਾ ਵਾ ਉਹਨੂੰ ਜਲੀਲ ਕਰਨਾ ਛੱਡ ਦਿਓ ਆਪੇ ਸ਼ਾਂਤੀ ਹੋ ਜੂਗੀ ਤੁਸੀਂ ਇਹਨਾਂ ਨੂੰ ਰੋਕੋ ਜੀ ਤੇ ਉਹਨੂੰ ਕੋਈ ਅਗਲਾ ਸਵਾਲ ਨਹੀਂ ਆਇਆ ਜੀ ਉਹ ਚੁੱਪ ਕਰਕੇ ਦਿੱਲੀ ਨੂੰ ਤੁਰ ਗਿਆ ਹੁਣ ਤੁਸੀਂ ਆਮ ਦੱਸੋ ਕਿ ਇਹ ਕੋਈ ਗਲਤ ਗੱਲ ਕਹੀ ਬਾਬਾ ਜੀ ਨੇ ਜਾਂ ਕੋਈ ਇਹ ਬੂੰਗੇਪਣ ਵਾਲੀ ਗੱਲ ਹ ਹ ਤਾਂ ਪੁਆਇੰਟ ਆਉਂਦੇ ਹੁੰਦੀ ਗੱਲ ਤੇ ਹੁੰਦੀ ਜਸਪਾਲ ਸਿੰਘ ਜੀ 2 ਦਾ ਪੁਆਇੰਟ ਗੱਲ ਕਰ ਜੀ 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 ਸਹੀ ਗੱਲ ਹੈ ਉਹ ਤੋਂ ਬਾਅਦ ਹੁਣ ਮੈਂ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੀ ਗੱਲ ਦੱਸਦਾ ਜੀ ਮੈਨੂੰ ਦੁੱਖ ਹੋਇਆ ਪਿੱਛੇ ਜੇ ਇੱਕ ਆਪਣੇ ਟੀਵੀ ਚੈਨਲ ਤੇ ਵੀ ਇਹਨਾਂ ਨੇ ਕਾਫੀ ਇੰਟਰਵਿਊਆਂ ਦਿੱਤੀਆਂ ਜਿੱਤਣ ਤੋਂ ਪਹਿਲਾਂ ਵੀ ਤੇ ਬਾਅਦ ਵੀ ਦਿੱਤੀ ਜੀ ਜੀ ਉਹਦੇ ਵਿੱਚ ਬਾਬਾ ਜੀ ਪ੍ਰਤੀਨ ਨੇ ਬਹੁਤ ਉਸ ਤਰ੍ਹਾਂ ਦਾ ਬਚਨ ਜਿ ਤਰ੍ਹਾਂ ਅੰधे ਛੱਡੋ ਪਰ ਉਹਨਾਂ ਦੀ ਗੱਲ ਹੀ ਕੀ ਕਰਨੀ ਹਾਂ ਇਗਨੋਰ ਕੀਤਾ ਜਵੇਂ ਡਿਸਰੈਸਪੈਕਟ ਕਰਕੇ ਜਲੀਲ ਕਰਨ ਦੀ ਉਹਦੇ ਵਿੱਚ ਸਿਸਟਮ ਦੇ ਵਿੱਚ ਕੀਤਾ ਸੀ ਉਹਨਾਂ ਨੇ ਹਾਂ ਮੈਂ ਇਸ ਵਾਸਤੇ ਕਈ ਬਹੁਤੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਪੰਥ ਵਿੱਚ ਜਿੱਤੇ ਪਹਿਲਾਂ ਹੀ ਫੁੱਟ ਬੜੀ ਹੈ ਤੇ ਬਹੁਤ ਸਾਰੇ ਜਿਹੜੇ ਹੁੰਦੇ ਆ ਨਾ ਉਹ ਇੱਕ ਦੂਜੇ ਦੇ ਪਿੱਛੇ ਲੱਗੇ ਆ ਸਾਨੂੰ ਅੱਜ ਗੁਰੂ ਸ੍ਰੋਮਣੀ ਨਹੀਂ ਆ ਸਾਨੂੰ ਲੀਡਰ ਜਾਂ ਕੋਈ ਆਪਣੇ ਧੜੇ ਸ੍ਰੋਮਣੀ ਆ ਸਾਡੇ ਇਹ ਗੱਲ ਇਹ ਗੱਲ ਤੁਹਾਡੀ ਬਿਲਕੁਲ ਸਿਆਣੀ ਆ ਜੀ ਬਹੁਤ ਸਹੀ ਗੱਲ ਤੁਸੀਂ ਕਹੀ ਆ ਕਿਉਂਕਿ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਤੇ ਇਹ ਆ ਕਿ ਗੁਰਮੁਖ ਸਿਓ ਕਰ ਦੋਸਤੀ ਸਤਗੁਰ ਸਿਓ ਲਾਏ ਚੇਤ ਕਿ ਗੁਰਮੁਖ ਦੇ ਜਿਹੜੇ ਨਾਲ ਕੇਵਲ ਦੋਸਤੀ ਤੇ ਜਸਪਾਲ ਸਿੰਘ ਜੀ ਦੋਸਤੀ ਹੁੰਦੀ ਆ ਸਰੀਰ ਦੀ ਜੀ ਤੇ ਮਹਾਰਾਜ ਕਹਿੰਦੇ ਸਰੀਰ ਦੀ ਜਿਹੜੀ ਦੋਸਤੀ ਆ ਯਾਨੀ ਕਿ ਉੱਠਣ ਬੈਠਣ ਜਿਹੜੀ ਸੰਗਤ ਕਰਨੀ ਆ ਉਹ ਕਰ ਕਿਸੇ ਗੁਰਮੁਖ ਦੀ ਸਾਧੂ ਦੀ ਜੀ ਕਿਸੇ ਜਿਨੇ ਆਪਣਾ ਜੀਵਨ ਸਾਧਿਆ ਭਾਵੇਂ ਉਹ ਘਰ ਵਿੱਚ ਬੈਠਾ ਹੋਵੇ ਭਾਵੇਂ ਉਹ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਹੋਵੇ ਅਜੇ ਆਪਣੇ ਸਾਧੂ ਕਹਿ ਲਓ ਹਨ ਹੂੰ ਤੇ ਗੁਰਮਤ ਦੇ ਵਿੱਚ ਸਾਧੂ ਦੀ ਨਿਸ਼ਾਨੀ ਕੱਲੀ ਇਹ ਨਹੀਂ ਹੈਗੀ ਕਿ ਜਿਨੇ ਘਰ-ਬਾਰ ਛੱਡ ਕੇ ਕੋਈ ਬਹੁਤ ਵੱਡਾ ਪੜਾਅ ਬਣਾਇਆ ਕਿਸੇ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਨਾਲੇ ਸੰਗਤਾਂ ਦੀ ਸੇਵਾ ਕਰਦਾ ਤੇ ਉਹ ਹੀ ਗੁਰਮਖ ਹੋ ਸਕਦਾ ਜੀ 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 ਗੁਰਮੁਖ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਦੱਸੇ ਦੇ ਰਾਹ ਤੇ ਚੱਲਦਾ ਮੈਂ ਅਗਲੀ ਜਿਹੜੇ ਆਪਾਂ ਗੱਲ ਕਰਾਂਗੇ ਬਾਬਾ ਜੀ ਸ਼ਖਸੀਅਤ ਬਾਰੇ ਕੋ ਗਿਆ ਆਪਣਾ ਸਮਾਂ 35 35 ਮਿੰਟ ਦਾ ਆ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਇਹ ਆ ਕਿ ਜਿਵੇਂ ਜਦੋਂ ਲੋੜ ਪਈ ਨਹੀਂ ਮੈਂ ਤਾਂ ਮੈਂ ਤੁਹਾਨੂੰ ਦੱਸ ਮੈਂ ਬੇਨਤੀ ਮਾਨ ਵਾਲੀ ਪੂਰੀ ਕਰਦਾ ਗੱਲ ਹਨਾ ਮੈਂ ਉਧਰ ਹੀ ਆਉਣ ਲੱਗਿਆ ਸੀ ਹਾਂਜੀ ਚਲੋ ਤੁਸੀਂ ਕਰੋ ਹਾਂ ਮੈਂ ਮੈਂ ਉਹ ਗੱਲ ਪੂਰੀ ਕਰਦਾ ਕਿਉਂਕਿ ਮੈਨੂੰ ਤੇਰਾ ਸਵਾਲ ਚੇਤੇ ਆ ਮੈਂ ਬਾਬਾ ਬਾਬਾ ਜੀ ਦਾ ਬਚਨ ਇਹ ਹੀ ਕਿ ਬਾਬਾ ਜੀ ਨੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਦਿਨ ਕਿਹਾ ਕਹਿੰਦੇ ਇੱਕ ਤੇ ਮਿਲਣਾ ਆਇਆ ਬਾਬਾ ਜੀ ਜਾਂਦੇ ਤੂੰ ਨਾ ਸੰਤਾਂ ਨੂੰ ਸ਼ਹੀਦ ਮੰਨਦਾ ਵਾ ਹੂੰ ਕਹਿੰਦਾ ਬਾਬਾ ਜੀ ਨਹੀਂ ਮੈਂ ਨਹੀਂ ਸ਼ਹੀਦ ਮੰਨਦਾ ਮੈਂ ਸ਼ਹੀਦ ਨਹੀਂ ਕਹਿੰਦਾ ਮੈਨੂੰ ਭਰੋਸਾ ਵਾ ਤੁਹਾਡੇ ਬਚਨਾਂ ਠੀਕ ਹੈ ਜੀ ਤੇ ਬਾਬਾ ਜੀ ਕਹਿੰਦੇ ਨਹੀਂ ਤੂੰ ਸ਼ਹੀਦ ਸ਼ਹੀਦ ਮਾ ਸ਼ਹੀਦ ਕਹਿੰਦਾ ਉਹਨਾਂ ਨੂੰ ਤੇ ਕਹਿੰਦਾ ਜੀ ਨਹੀਂ ਤੇ ਬਾਬਾ ਜੀ ਕਹਿੰਦੇ ਫਿਰ ਜਨਮ ਦਿਹਾੜਾ ਕਿਉਂ ਮਨਉਂਦਾ ਕਿਉਂਕਿ ਸਿੱਖੀ ਦੀ ਪਰਾਤਨ ਰੀਤ ਹੈ ਕਿ ਜਨਮ ਦਿਨ ਕਿਸੇ ਜਿਉਂਦੇ ਪੁਰਸ਼ ਦਾ ਨਹੀਂ ਮਨਾਇੰਦਾ ਹੂੰ ਮੈਂ ਇਹ ਗੱਲ ਸਪਸ਼ਟ ਕਰਦਾ ਬਾਈਬਲ ਦੇ ਵਿੱਚ ਵੀ ਇਹ ਗੱਲ ਲਿਖੀ ਆ ਕਿ ਜਿਹੜੇ ਜਨਮ ਦਿਹਾੜਾ ਮਨਾਉਂਦੇ ਆ ਉਹ ਪਰਮਾਤਮਾ ਤੋਂ ਬੇਮੁਖ ਮਨੁੱਖ ਹੁੰਦਾ ਹੂੰ ਤੇ ਬਾਬਾ ਜੀ ਨੇ ਜਦੋਂ ਇਹ ਗੱਲ ਕਹੀ ਨਾ ਕਿ ਸਿੱਖੀ ਦੇ ਵਿੱਚ ਤੇ ਰਵਾਇਤ ਹੈ ਨਹੀਂ ਕਿਸੇ ਦਾ ਜਨਮ ਦਿਹਾੜਾ ਮਨਾਇਆ ਜਾਵੇ ਹਨਾ ਜੀ ਤੇ ਸਿਮਰਨਜੀਤ ਸਵਾਹਨ ਕਹਿੰਦਾ ਜੀ ਨਹੀਂ ਅੱਜ ਕੱਲ ਸਾਰੇ ਹੀ ਮਨਾਉਂਦੇ ਆ ਤੇ ਬਰਥਡੇ ਵੱਡੇ ਵੱਡੀਆਂ ਉਮਰਾਂ ਦੇ ਲੀਡਰ ਵੀ ਮਨਾਉਂਦੇ ਆ ਬਾਰਲੇ ਦੇਸ਼ ਦੀ ਇਹ ਪਰੰਪਰਾ ਵਾ ਕੇ ਸਾਰੇ ਜਨਮ ਦਿਹਾੜਾ ਮਨਾਉਂਦੇ ਆ ਜੀ ਤੇ ਬਾਬਾ ਜੀ ਕਹਿੰਦੇ ਜੇ ਫਿਰ ਤੂੰ ਸੰਤਾਂ ਨੂੰ ਚੜ੍ਹਦੀ ਕਲਾ ਚ ਮੰਨਦਾ ਵਾ ਤੇ ਜਨਮ ਦਿਹਾੜਾ ਮਨਾਉਣ ਦੀ ਅੱਜ ਪਰੰਪਰਾ ਤੇ ਕਹਿੰਦੇ ਮੇਰਾ ਕਿਉਂ ਨਹੀਂ ਮਨਾਉਂਦਾ ਫਿਰ ਤੂੰ ਹਾਂਜੀ ਹਾਂਜੀ ਸਿਮਰਤ ਜੀ ਸਾਨੂੰ ਜਵਾਬ ਨਹੀਂ ਆਇਆ ਅੱਗੋਂ ਹਾਂ ਬਾਬਾ ਇਹ ਕਹਿੰਦੇ ਫਿਰ ਮੇਰਾ ਕਿਉਂ ਨਹੀਂ ਮਨਾਉਂਦਾ ਜੀ ਇਹ ਚੁੱਪ ਹੋ ਗਿਆ ਇਹ ਮਾਨ ਸਾਹਿਬ ਦੇ ਡਿਫਰੈਂਸ ਕਿਉਂ ਪਏ ਬਾਬਾ ਜੀ ਨਾਲ ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਕਿ ਜੋਰਜ ਫਰਨਾਂਡਿਸ ਆਇਆ ਤੇ ਟਕਸਾਲ ਦੇ ਖੁਦ ਸੇਵਾਦਾਰਾਂ ਨੇ ਜਾਂ ਨਾਲ ਦੇ ਸਾਥੀਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਮਾਨ ਸਾਹਿਬ ਨੂੰ ਸੱਦੋ ਮਤਲਬ ਇੰਨੀ ਰਿਸਪੈਕਟ ਸੀ ਟਕਸਾਲ ਦੇ ਵਿੱਚ ਤਾਂ ਫਿਰ ਅਚਾਨਕ ਅੱਜ ਮਾਨ ਸਾਹਿਬ ਕਿਉਂ ਉਹਨਾਂ ਦੇ ਖਿਲਾਫ ਬੋਲਦੇ ਨੇ ਕੋਈ ਕਾਰਨ ਤਾਂ ਰਿਹਾ ਹੋਊਗਾ ਨਾ ਕਾਰਨ ਤੇ ਕੋਈ ਵੀ ਹੋ ਸਕਦਾ ਹੈ ਤੇ ਉਹ ਉਹ ਹੀ ਦੱਸ ਸਕਦੇ ਆ ਉਹਨਾਂ ਦਾ ਕਾਰਨ ਕੀ ਆ ਤੇ ਮਾਨ ਸਾਹਿਬ ਜਦੋਂ ਜੇਲ੍ਹ ਵਿੱਚ ਹੀ ਉਦੋਂ ਤੇ ਮੈਂ ਜਥੇ ਵਿੱਚ ਆ ਗਿਆ ਸੀ ਤੇ ਇਹਨਾਂ ਨੂੰ ਜਦੋਂ ਚੋਣਾ 'ਚ ਵੀ ਇਹ ਉੱਥੇ ਕੈਂਡੀਡੇਟ ਹੈ ਅਜੇ ਇਹਨਾਂ ਨੂੰ ਪ੍ਰੈਜੈਂਟ ਕੀਤਾ ਗਿਆ ਤੇ ਉਦੋਂ ਇਹ ਜੇਲ੍ਹ 'ਚ ਸੀ ਤੇ ਤੁਹਾਨੂੰ ਚੇਤਾ ਵੀ ਹੋਣਾ ਕਿ ਏਸ਼ੀਆ ਵਿੱਚ ਕਿ ਸ਼ਾਇਦ ਵਰਲਡ ਵਿੱਚ ਸਭ ਤੋਂ ਜ਼ਿਆਦਾ ਵੱਧ ਵੋਟਾਂ ਨਾਲ ਉਦੋਂ ਇਹ ਤਰਨਤਾਨ ਹਲਕੇ ਤੋਂ ਜਿੱਤੇ ਸੀ ਤੇ ਇਹ ਇਹਦੀ ਸਾਰੀ ਉੱਥੇ ਲੀਡ ਕਿਨੇ ਕੀਤੀ ਸੀ ਇਹ ਜਦੋਂ ਇਹ ਜੇਲ੍ਹ ਵਿੱਚ ਹੀ ਤੇ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਕੋਲੋਂ ਇਹਦਾ ਪਿਤਾ ਜਗਿੰਦਰ ਸਿੰਘ ਕੇਸ ਲੜਨ ਵਾਸਤੇ ਪੈਸੇ ਖੜਦਾ ਰਿਹਾ 1.5 ਲੱਖ ਰੁਪਈਆ 1.5 ਲੱਖ ਰੁਪਇਆ ਉਹਨਾਂ ਸਮਿਆਂ 'ਚ ਉਹਨਾਂ ਸਮਿਆਂ ਦੇ ਵਿੱਚ ਲੱਖ ਤੋਂ ਉੱਤੇ ਬਾਬਾ ਜੀ ਨੇ ਖੁਦ ਗੱਲ ਕਹੀ ਬਾਬਾ ਜੀ ਕਹਿੰਦੇ 1.5 ਲੱਖ ਲੱਖ ਸਵਾ ਸਵਾ ਲੱਖ ਰੁਪਇਆ ਇਹਨੂੰ 1.5 ਲੱਖ ਤੱਕ ਮੈਂ ਆਪਣੇ ਹੱਥੀਂ ਦਿੱਤਾ ਮੈਂ ਕੀ ਗਲਤ ਕੀਤਾ ਫਿਰ ਇਹਨੂੰ ਛਡਾਉਣ ਵਾਸਤੇ ਚੌਪਈ ਸਾਹਿਬ ਜੀ ਦੇ ਪਾਠ ਵੱਧ ਤੋਂ ਵੱਧ ਬਾਣੀ ਅਖੰਡ ਪਾਠ ਸੰਪਟ ਪਾਠ ਬਾਬਾ ਜੀ ਕਰਾਉਂਦੇ ਰਹੇ ਆ ਉੱਥੇ ਤੇ ਬਾਬਾ ਜੀ ਨੇ ਇਹਨੂੰ ਕਿਹਾ ਵੀ ਸੀ ਕਿ ਮੈਂ ਤੈਨੂੰ ਜਦੋਂ ਛਡਾਇਆ ਤੇ ਗੁਨਾਹ ਕੀ ਕੀਤਾ ਅਸਲ ਵਿੱਚ ਇਹ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਦੂਜਿਆਂ ਦੇ ਬਾਹਰੋਂ ਗੱਲਾਂ ਸੁਣ ਸੁਣ ਕੇ ਸੁਣ ਸੁਣ ਕੇ ਇਹ ਇਹਨੇ ਇਹਦੀ ਮਤ ਬਦਲ ਗਈ ਤੇ ਬਾਬਾ ਜੀ ਨੇ ਤੇ ਫਿਰ ਬਹੁਤ ਇਹਦੇ ਨਾਲ ਬਹੁਤ ਜ਼ਿਆਦਾ ਨਾਰਾਜ਼ੀ ਬਾਬਾ ਜੀ ਨੇ ਤੇ ਇਥੋਂ ਤੱਕ ਕਿਹਾ ਸੀ ਮਾਨ ਦੀਆਂ ਦੇ ਬੁੱਧੀ ਭ੍ਰਸ਼ਟ ਹੋ ਗਈ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੁੰਦੀ ਆ ਕਿ ਜਦੋਂ ਅਸੀਂ ਹੁਣ ਜਦੋਂ ਇਹਨੇ ਕਿਰਪਾਨ ਦਾ ਮਸਲਾ ਚੁੱਕਿਆ ਸੀ ਤੇ ਬਾਬਾ ਜੀ ਨੇ ਜਗਦੇਵ ਸਿੰਘ ਖੁੜੀਆ ਜਿਹੜਾ ਜਦੋਂ ਚੜ੍ਹਾਈ ਕੀਤਾ ਉਹਦੇ ਭੋਗ ਦੇ ਉੱਤੇ ਬਾਬਾ ਜੀ ਨੇ ਇਹਨੂੰ ਕਿਹਾ ਕਿ ਤੂੰ ਕਿਰਪਾਨ ਰੱਖ ਕੇ ਤੇ ਜਾ ਪਾਰਲੀਮੈਂਟ ਦੇ ਵਿੱਚ ਤੇ ਜਿਹੜੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣ ਰਹੇ ਆ ਜਿਹੜੇ ਪਰਿਵਾਰਾਂ ਨੂੰ ਤੰਗ ਕੀਤਾ ਜਾਂਦੇ ਆ ਪੰਜਾਬ ਵਿੱਚ ਤੇ ਇਹ ਦੁੱਖ ਸੁਣ ਤੇ ਉਥੋਂ ਹੱਲ ਕਰਾ ਤੇਰੀ ਇਹ ਜ਼ਿੰਮੇਵਾਰੀ ਆ ਤੇ ਇਹਨੇ ਕਿਹਾ ਜੀ ਮੈਂ ਮੈਨੂੰ ਨੌਜਵਾਨਾਂ ਨੂੰ ਕੁਝ ਕਹਿਣ ਬਾਬਾ ਜੀ ਕਹਿੰਦੇ ਜ਼ਿੰਮੇਵਾਰੀ ਮੇਰੀ ਆ ਤੇ ਫਿਰ ਸਿੰਘ ਸਾਹਿਬ ਜਸਬੀਰ ਸਿੰਘ ਜੀ ਉਸ ਸਮੇਂ ਮੌਜੂਦ ਸਨ ਉੱਥੇ ਵੀ ਮੌਜੂਦ ਸੀ ਤੇ ਉਹ ਅਕਾਲ ਤਖਤ ਸਾਹਿਬ ਦੇ ਜਦੇਦਾਰ ਹੀ ਬਾਬਾ ਜੀ ਕਹਿੰਦੇ ਇਹਨੂੰ ਤੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਇਹਦੇ ਕੋਲ ਵੱਡੀ ਸ੍ਰੀ ਸਾਹਿਬ ਲੈ ਲਾ ਤੇ ਗਾਤਰੇ ਵਾਲੀ ਸ੍ਰੀ ਸਾਹਿਬ ਉੱਥੇ ਇਹਨੂੰ ਭੇਟਾ ਕਰਦੇ ਤੇ ਨਾਲੇ ਹੁਕਮ ਕਰਦੇ ਤੇ ਇਹ ਡੇਟ ਇਹ ਇਹ ਗਿਆਨੀ ਉੱਥੇ ਮੁਕਰ ਗਿਆ ਇਹ ਗੱਲ ਇਹ ਗੱਲ ਬੜੀ ਵੱਡੀ ਹੋ ਜਾਣੀ ਸੀ ਜੇ ਜਾਂਦੇ ਉੱਥੇ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਕਿਉਂ ਨਹੀਂ ਗਏ ਇਹਨਾਂ ਦੀ ਅੰਦਰ ਖਾਤੇ ਨੀਤੀ ਕੀ ਹੈ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ 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 अच्छा बाबा जी आप जे जी ਤੁਸੀਂ ਕੁਝ ਕਹਿਣਾ ਹੋਰ ਅੱਗੇ ਨਹੀਂ ਤਾਂ ਮੈਂ ਅਗਲਾ ਸਵਾਲ ਕਰਾਂ ਨਹੀਂ ਤੁਸੀਂ ਦੱਸੋ ਕੀ ਸਵਾਲ ਹੋਣਾ ਅੱਗੇ ਜਿਵੇਂ ਸੰਤ ਜਰਨੈਲ ਸਿੰਘ ਹੁਣੀ ਉਹਨਾਂ ਨੂੰ ਲੋਕ ਕਈ ਗਰਮ ਖਿਆਲੀ ਵੀ ਕਹਿੰਦੇ ਨੇ ਜਾਂ ਚੜ੍ਹਦੀ ਕਲਾ ਵੀ ਆਪਾਂ ਜਿਹੜਾ ਸਾਡੀ ਗੁਰਮਤਿ ਭਾਸ਼ਾ ਉਹਦੇ ਵਿੱਚ ਚੜ੍ਹਦੀ ਕਲਾ ਦੀ ਆਪਾਂ ਗੱਲ ਕਰ ਸਕਦੇ ਆ ਲੇਕਿਨ ਉਸ ਤੋਂ ਬਾਅਦ ਬਾਬਾ ਜਰਨੈਲ ਸਿੰਘ ਜੀ ਤੋਂ ਬਾਅਦ ਬਾਬਾ ਠਾਕੁਰ ਸਿੰਘ ਜੀ ਨੇ ਕਿਸ-ਕਿਸ ਤਰ੍ਹਾਂ ਦੀ ਕੌਮ ਦੀ ਸੇਵਾ ਕੀਤੀ ਕਿ ਜਿਹੜੇ ਲੋਕ ਦੁਖੀ ਸੀ ਜਾਂ ਜਿਹੜੇ ਪੀੜਤ ਹੋਣਗੇ ਪੋਰਸ ਦੇ ਸਤਾਏ ਹੋਏ ਲੋਕ ਉਹਨਾਂ ਦੇ ਕਿਸੇ ਟਕਸਾਲ ਨੇ ਸਾਰ ਲਈ ਕਦੇ ਜਾਂ ਵੈਸੇ ਦਰਵਾਜ਼ੇ ਬੰਦ ਕਰ ਲਏ ਟਕਸਾਲ ਨੇ। ਬਾਬਾ ਜੀ ਦੇ ਪ੍ਰਤੀ ਤੁਸੀਂ ਜਨਤਾ ਵਿੱਚ ਜਾ ਕੇ ਪੁੱਛੋ ਸੰਗਤਾਂ ਨੂੰ ਪੁੱਛੋ ਕਿਨੇ-ਕਨੇ ਤੁਹਾਨੂੰ ਐਵੀਡੈਂਸ ਮਿਲਣਗੇ ਇਸ ਗੱਲੇ ਤੇ ਬਾਬਾ ਜੀ ਨੇ। ਹੁਣ ਭਾਈ ਅਮਰੀਕ ਸਿੰਘ ਜੀ ਸ਼ਹੀਦ ਦਾ ਜਿਹੜਾ ਸਾਰਾ ਪਰਿਵਾਰ ਵਾ ਉਹਨਾਂ ਦੀ ਇੰਟਰਵਿਊ ਹੈਗੀ ਐ। ਭਾਈ ਜਗਰਾਤ ਸਿੰਘ ਤੂਫਾਨ ਦੀ ਪਚੰਗਣ ਦੀ ਇੰਟਰਵਿਊ ਹੈਗੀ ਐ। ਉਹ ਪলাই ਦੇ ਇੱਕ ਸਿੰਘ ਮੈਨੂੰ ਉਹਨਾਂ ਦਾ ਨਾਮ ਭੁੱਲਣ ਡਿਆ ਸ਼ਾਇਦ ਗੁਰਮੀਤ ਸਿੰਘ ਨਾ ਕਿ ਹੋਰ ਕੋਈ ਆ ਨਾਮ ਜਰਾ ਥੋੜਾ ਭੁੱਲਦਾ ਉਹਨਾਂ ਦੀ ਇੰਟਰਵਿਊ ਹੈ ਕਿ ਜਦੋਂ ਜਿੰਦਾ ਸੁੱਖਾ ਜਿਹੜਾ ਵੈਦਿਆਂ ਨੂੰ ਮਾਰਨ ਗਿਆ ਸੀ ਤੇ ਬਾਬਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੇਰੇ ਕੋ ਸਿੰਘ ਹੋਣੀ ਤੇ ਤੂੰ ਸੰਭਾਲਣੇ ਆ ਉਹਨੇ ਇੰਟਰਵਿਊ 'ਚ ਇਹ ਗੱਲ ਕਹੀ ਆ ਤੇ ਮੈਨੂੰ ਮੈਨੂੰ ਜਸਪਾਲ ਸਿੰਘ ਸੱਚ ਜਾਣੀ ਜਥੇ 'ਚ ਰਹਿੰਦੇ ਆ ਇਹ ਗੱਲ ਦਾ ਪਤਾ ਹੀ ਪਹਿਲਾਂ ਜੀ ਮੈਨੂੰ ਸਿੰਘਾਂ ਨੇ ਦੱਸੀ ਹੀ ਕਿ ਬਾਬਾ ਜੀ ਨੇ ਇਹ ਇਸ ਤਰ੍ਹਾਂ ਦੀ ਅਗਵਾਈ ਕੀਤੀ ਆ ਪਰ ਮੈਂ ਤਾਂ ਨਹੀਂ ਕਦੀ ਵੀ ਬੋਲਿਆ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਹੈਗਾ ਜਿਹੜੇ ਸਿੰਘ ਨੂੰ ਬਾਬਾ ਜੀ ਨੇ ਇਹੋ ਜੀ ਜ਼ਿੰਮੇਵਾਰੀ ਦਿੱਤੀ ਹੋਵੇ ਤੇ ਉਹਨੇ ਪਿੱਛੇ ਜੇ ਆ ਕੇ ਉਹਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਬਾਬਾ ਜੀ ਨੇ ਮੈਨੂੰ ਕਿਹਾ ਤੇਰੇ ਕੋਲ ਸਿੰਘ ਆਉਣੇ ਆ ਉਹਨਾਂ ਨੇ ਕੋਈ ਪੰਥ ਦੀ ਵੱਡੀ ਸੇਵਾ ਕਰਨੀ ਹੈ ਤੇ ਤੂੰ ਸੰਭਾਲਣਾ ਵਾ ਤੇਰੇ ਕੋਲੋਂ ਹੀ ਜਾਣੇ ਤੇ ਤੇਰੇ ਕੋਲੋਂ ਹੀ ਆਉਣੇ ਜੀ ਤੇ ਐਸੀਆਂ ਮੈਂ ਹੋਰ ਕਿੰਨੀਆਂ ਇੱਕ ਭਾਈ ਹਰਦੀਪ ਸਿੰਘ ਜੀ ਅੱਜ ਵੀ ਪੰਨਾਂ ਪਿਆਰਾਂ ਚ ਲੱਗਦੇ ਆ ਖਜਾਲੇ ਦੇ ਉਹ ਬਿਨਾ ਪੁੱਛੇ ਦੱਸੇ ਨਾ ਬਾਬਾ ਜੀ ਨੂੰ ਤਾਂ ਘਰ ਚੱਲ ਗਏ ਮੈਂ ਜਦੋਂ ਜਥੇ ਚ ਆਇਆ ਸੀ ਬਾਬਾ ਜੀ ਦਾ ਹੁਕਮ ਹੀ ਕਿਤੇ ਵੀ ਜਾਣਾ ਵਾ ਜੇ ਜੇ ਅਸੀਂ ਤੁਹਾਨੂੰ ਭੇਜਦੇ ਤਾਂ ਜਾਣਾ ਨਹੀਂ ਤੇ ਜਥੇ ਚੋਂ ਡੇਰੇ ਤੋਂ ਬਾਹਰ ਨਹੀਂ ਜਾਣਾ ਟਕਸਾਲ ਦੇ ਪੜਾ ਤੋ ਕਿਹਨੇ ਜੀ ਇੱਥੋਂ ਤੱਕ ਕਿ ਚੌਂਕ ਵਿੱਚ ਵੀ ਜਾਣ ਦੀ ਮਨਾਹੀ ਸੀ ਜੀ ਕਿਉਂਕਿ ਪੁਲਿਸ ਚੱਕ ਲੈਂਦੀ ਸੀ ਸਿੰਘਾਂ ਨੂੰ ਤੇ ਉਹ ਭਾਈ ਹਰਦੀਪ ਸਿੰਘ ਜੀ ਆਪਣੇ ਪਿੰਡ ਬਿਨਾ ਦੱਸੇ ਚਲੇ ਗਏ ਤਾਂ ਉਹਨੂੰ ਪੁਲਿਸ ਨੇ ਚੁੱਕ ਲਿਆ ਰਾਤ ਦੇ ਵਿੱਚ ਠੀਕ ਹੈ ਜੀ ਉਹਦੀ ਸਿੰਘਣੀ ਤੇ ਉਹ ਉਹਦੀ ਮਾਤਾ ਦੋਵੇਂ ਆ ਕੇ ਬਾਬਾ ਜੀ ਨੂੰ ਬੇਨਤੀਆਂ ਕੀਤੀਆਂ ਤੇ ਬਾਬਾ ਜੀ ਕਹਿੰਦੇ ਮੈਨੂੰ ਉਹ ਤੇ ਪੁੱਛ ਕੇ ਨਹੀਂ ਗਿਆ ਮੇਰੀ ਜ਼ਿੰਮੇਵਾਰੀ ਕੁਝ ਥੋੜੀ ਹੈ ਹੂੰ ਤੇ ਬਾਬਾ ਜੀ ਨੂੰ ਫਿਰ ਉਹ ਮਾਤਾ ਕਹਿੰਦੀ ਬਾਬਾ ਜੀ ਬੱਚੇ ਗਲਤੀਆਂ ਕਰ ਲੈਂਦੇ ਆ ਪਰ ਮਾਪਿਓ ਤੇ ਬਖਸ਼ਦੇ ਹੀ ਆ ਤੁਸੀਂ ਮਾਪਿਓ ਜੀ ਸਾਡੇ ਕਿਰਪਾ ਕਰੋ ਜੀ ਅਹੀਂ ਤੁਹਾਡੇ ਕੋਲ ਹੀ ਆਉਣਾ ਸੀ ਹੁਣ ਕਿੱਥੇ ਜਾਈਏ ਹਨਾ ਬਿਲਕੁਲ ਬਿਲਕੁਲ ਜੀ ਤੇ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਬੀਬੀ ਤੁਸੀਂ ਘਰ ਜਾਓ ਹਨਾ ਜੀ ਤੇ ਬਾਬਾ ਜੀ ਨੇ ਫਿਰ ਉਹ ਆਪ ਭਾਈ ਹਰਦੀਪ ਸਿੰਘ ਕੋਲੋਂ ਤੁਸੀਂ ਪੁੱਛ ਸਕਦੇ ਜੇ ਅੱਜ ਵੀ ਉਹਨੇ ਮੈਨੂੰ ਖੁਦ ਇਹ ਗੱਲ ਦੱਸੀ ਆ ਤੇ ਪੰਨਾਂ ਪਿਆਰਾਂ ਚ ਪੰਨਾਂ ਪਿਆਰਾਂ ਚ ਪੰਨਾਂ ਪਿਆਰਾਂ ਚ ਅਜਨਾਲੇ ਉਹ ਭਾਈ ਅਮਰੀਕ ਸਿੰਘ ਜੀ ਹੁਣਾਂ ਕੋਲ ਉੱਥੇ ਰਹਿੰਦੇ ਆ ਤੇ ਉਹ ਸੇਵਾ ਚ ਲੱਗਦੇ ਅੱਜ ਵੀ ਉਹਨਾਂ ਦੱਸੀ ਕਿ ਜਦੋਂ ਮੈਂ ਮਾਲ ਮੰਡੀ ਸੀ ਤੇ ਬਾਬਾ ਜੀ ਨੇ ਮੈਨੂੰ ਉੱਥੇ ਆਪ ਪ੍ਰਗਟ ਹੋ ਕੇ ਆਤਮਿਕ ਸ਼ਕਤੀ ਦੇ ਨਾਲ ਉਤਰਾ ਨਹੀਂ ਗਏ ਬਾਬਾ ਜੀ ਹਾਂ 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 ਆਤਮਿਕ ਸ਼ਕਤੀ ਨਾਲ ਕਹਿੰਦੇ ਮੇਰੇ ਇੱਕਦਮ ਸਾਹਮਣੇ ਪ੍ਰਗਟ ਹੋਏ ਜਿੱਥੇ ਉਹ ਮਾਲ ਮੰਡੀ ਵਿੱਚ ਮੈਂ ਤੇ ਕਿਸੇ ਗਿਆਨੀ ਨਾ ਮਾਰੇ ਕਿ ਇਹਨੂੰ ਖੜੇ ਉੱਥੇ ਥੱਲੇ ਕਮਰਿਆਂ ਦੇ ਬਹੁਤ ਜ਼ਿਆਦਾ ਠੀਕ ਹੈ ਜੀ ਜਿੱਥੇ ਇਨਟਰਾਗੇਸ਼ਨ ਕਰਦੇ ਆ ਤੇ ਉਹ ਕਹਿੰਦਾ ਉੱਥੇ ਇੱਕਦਮ ਬਾਬਾ ਬਾਬਾ ਜੀ ਦੇ ਦਰਸ਼ਨ ਮੈਨੂੰ ਹੋਏ ਤੇ ਬਾਬਾ ਜੀ ਕਹਿੰਦੇ ਭਚੰਗਿਆ ਚੌਪਈ ਸਾਹਿਬ ਜੀ ਦੇ ਪਾਠ ਕਰਨ ਕਰ ਤੇ ਮਾਰੇ ਤੇਰੇ ਅੰਗ ਸੰਗਾ ਡਰਾ ਡਰਨਾ ਕੁਝ ਨਹੀਂ ਹੁੰਦਾ ਤੈਨੂੰ ਜੀ ਕਹਿੰਦਾ ਮੇਰੇ ਕੋਲ ਪੁਲਿਸ ਵਾਲੇ ਆਏ ਤੇ ਮੇਰੇ ਉਹਨਾਂ ਲੀੜੇ ਲਵਾ ਲੇ ਕੀ ਚੱਲ ਹੁਣ ਤੇ ਕਹਿੰਦਾ ਮੈਂ ਲੀੜੇ ਲਾਉਣ ਰਿਹਾ ਸੀ ਤੇ ਮੇਰੇ ਮਨ ਚ ਫੇਰ ਆ ਗਿਆ ਕਿ ਇਹ ਤੇ ਮੈਨੂੰ ਹੁਣ ਕੁੱਟਣ ਮਾਰਨਗੇ ਬਹੁਤ ਜ਼ਿਆਦਾ। ਬਾਬਾ ਜੀ ਕਹਿੰਦਾ ਫੇਰ ਇੱਕਦਮ ਸਾਹਮਣੇ ਆ ਕੇ ਕਹਿੰਦੇ ਤੂੰ ਡਰਦਾ ਕਿਉਂ ਆ? ਜੀ। ਤੂੰ ਬਾਣੀ ਪੜ ਤੂੰ ਚੌਵੀ ਸਾਬ ਜੀ ਦੇ ਪਾਠ ਕਰ ਤੈਨੂੰ ਕੁਝ ਨਹੀਂ ਹੁੰਦਾ। ਤੇ ਕਹਿੰਦਾ ਮੈਂ ਚੌਵੀ ਸਾਬ ਜੀ ਦੇ ਫੇਰ ਪਾਠ ਸ਼ੁਰੂ ਕਰ ਲੇ ਤੇ ਮੇਰੇ ਉਹਨਾਂ ਕੱਪੜੇ ਲਵਾਏ ਪਰ ਮੈਨੂੰ ਉੱਥੇ ਖੜਿਆ ਨਹੀਂ ਮੈਂ ਬੈਠਾ ਰਿਆ ਇੱਥੇ। ਜੀ। ਤੇ ਉਹਦੇ ਇੱਕ ਚਪੇੜ ਵੀ ਨਹੀਂ ਮਾਰੀ। ਇਹ ਹੈ ਬਾਬਾ ਠਾਕੁਰ ਸਿੰਘ ਜੀ ਧਰੂ ਰੋਹਾਨੀ ਸ਼ਕਤੀ ਹੈ ਹੂੰ 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 ਜੀ ਤੇ ਬਾਬਾ ਠਾਕੁਰ ਸਿੰਘ ਜੀ ਮਹਾਪੁਰਸ਼ਾ ਨੇ ਇੰਨੇ ਸਿੰਘ ਤੁਹਾਨੂੰ ਮਿਲ ਸਕਦੇ ਹਨ ਜਿਨ੍ਹਾਂ ਦੀ ਮਹਾਪੁਰਸ਼ਾ ਨੇ ਇਸ ਤਰ੍ਹਾਂ ਗੁਪਤ ਵੀ ਰੱਖਿਆ ਕੀਤੀ ਉੱਥੋਂ ਤੱਕ ਪਹੁੰਚੇ ਆ ਹੂੰ ਕਦੇ ਇਹ ਜਿਹੜੇ ਜੀ ਜੀ ਜਿਹੜੇ ਪਰਿਵਾਰ ਛੀ ਦੀ ਛੀਦ ਪਰਿਵਾਰ ਆ ਉਹਨਾਂ ਨੂੰ ਤੇ ਬਾਬਾ ਜੀ ਇੰਨੀ ਨਹੀਂ ਮਾਇਆ ਹੁਣ ਭਾਈ ਸਤਵੰਦ ਸਿੰਘ ਜੀ ਉਹਦੀ ਸਿੰਘਣੀ ਬਿਮਾਰ ਹੋ ਗਈ ਉਹ ਭਾਈ ਬੀਬੀ ਸੁਰਿੰਦਰ ਕੌਰ ਜਿਹਦੀ ਮਹਾਨ ਕੁਰਬਾਨੀ ਆ ਉਹਨੇ ਜਿਹਨੇ ਜਿਹੜੀ ਮੰਗੀ ਸੀ ਫੋਟੋ ਨਾਲ ਬਾਅਦ ਚ ਵਿਆਹ ਕੀਤਾ ਜਦੋਂ ਕੈਂਸਲ ਹੋਈ ਉਦੋਂ ਵੀ ਬਾਬਾ ਜੀ ਉਹਨੂੰ ਮਾਇਆ ਦਿੰਦੇ ਰਹੇ ਉਹਦੇ ਇਲਾਜ ਵਾਸਤੇ ਇਹ ਮਾਤਾ ਜਿਹੜੀ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਮਾਤਾ ਜਿਹੜੀ ਉਹਨਾਂ ਨੂੰ ਵੀ ਬਾਬਾ ਜੀ ਹਰ ਤਰ੍ਹਾਂ ਜਿਸ ਤਰ੍ਹਾਂ ਦੀ ਲੋੜ ਹੁੰਦੀ ਸੀ ਤੇ ਬਾਬਾ ਜੀ ਉਹਨਾਂ ਦੇ ਬਚਨ ਸੁਣਦੇ ਰਹੇ ਭਾਈ ਹਰਜਿੰਦਰ ਸਿੰਘ ਉਹਨਾਂ ਦੀਆਂ ਖੁਦ ਚਿੱਠੀਆਂ ਜਿਹੜੀਆਂ ਆਈਆਂ ਮੈਂ ਆਪਣੇ ਕੰਨੀਆਂ ਸੁਣੀਆਂ ਵਾਂ ਉਹ ਜਦੋਂ ਜਵਦੀ ਕਲਾਂ ਦੇ ਵਿੱਚ ਬਾਬਾ ਸੁੱਚਾ ਸਿੰਘ ਜੀ ਜਿਹੜੇ ਹੋਇਆ ਉਹਨਾਂ ਸੰਗੀਤ ਸਮੇਲਨ ਕਰਾਇਆ ਸੀ ਪਹਿਲਾ ਸੰਗੀਤ ਸਮੇਲਨ ਮੈਨੂੰ ਡੇਟ ਨਹੀਂ ਗੀ ਚੇਤੇ ਉਸ ਦਿਨ ਉਹਨਾਂ ਦੀ ਭੈਣ ਉੱਥੇ ਆਈ ਸੀ ਕਿ ਬਾਬਾ ਜੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜਿਹੜਾ ਉਹ ਬੇਨਤੀ ਕਰਦਾ ਕਿ ਅਸੀਂ ਅੱਖਾਂ ਦਾ ਆਪਣੇ ਅੰਗ ਦਾਣ ਦੇਣਾ ਚਾਹੁੰਦੇ ਜੀ ਬਾਬਾ ਜੀ ਬਹੁਤ ਬਰਾਗ ਵਿੱਚ ਆ ਗਏ ਤੇ ਬਾਬਾ ਜੀ ਕਹਿੰਦੇ ਉਹਨਾਂ ਦਾ ਤਾਂ ਰੋਮ ਰੋਮ ਕੌਮ ਤੇ ਕੁਰਬਾਨ ਉਹਨਾਂ ਨੂੰ ਕਹੋ ਇਹ ਕੰਮ ਨਹੀਂ ਕਰਨਾ ਬਿਲਕੁਲ ਫਿਰ ਕੋਨਾਂ ਨੇ ਇਹ ਬੇਨਤੀ ਕੀਤੀ ਕਿ ਉਹਨਾਂ ਦੀ ਬੇਨਤੀ ਆ ਕਿ ਸਾਨੂੰ ਅੰਮ੍ਰਿਤ ਛਕਾਇਆ ਜਾਵੇ ਸਾਨੂੰ ਮੌਤ ਦਾ ਕੋਈ ਭੈ ਨਹੀਂ ਹੈਗਾ ਮੌਤ ਇਸ ਤਰ੍ਹਾਂ ਸਾਡੇ ਕੋਲ ਜਿਵੇਂ ਡਰ ਕੇ ਭੱਜਦੀ ਹੈ ਜੀ ਤੇ ਅੰਮ੍ਰਿਤ ਦੀ ਦਾਤ ਬਾਬਾ ਜੀ ਕਹਿੰਦੇ ਹੁਣ ਉਹ ਇਜਾਜ਼ਤ ਨਹੀਂ ਦਿੰਦੇ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਤੇ ਉਹ ਉਹਦੇ ਬਾਰੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਪਾਈ ਹਰਜਿੰਦਰ ਸਿੰਘ ਉਹਨਾਂ ਨੂੰ ਮੌਕੇ ਮੌਕੇ ਤੇ ਮਹਾਪੁਰਖ ਸੁਨੇਹਾ ਭੇਜਦੇ ਹੁੰਦੇ ਸੀ ਭਾਈ ਸਰੂਪ ਸਿੰਘ ਜੀ ਬਾਬਾ ਜੀ ਦੇ ਬਹੁਤ ਨਿਕਟਵਰਤੀ ਸੇਵਾਦਾਰ ਵੀ ਰਹੇ ਆ 1984 ਤੋਂ ਬਾਅਦ ਉਹ ਵੀ ਸਰੀਰ ਕਰਕੇ ਅੱਜ ਹੈਗੇ ਆ ਉਹਨਾਂ ਨੂੰ ਬਾਬਾ ਜੀ ਸਪੈਸ਼ਲੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁੱਖੇ ਦੇ ਜਦੋਂ ਵੀ ਕਿਤੇ ਤਰੀਕ ਪੈਂਦੀ ਸੀ ਮੁਲਾਕਾਤ ਦੀ ਤੇ ਪਰਿਵਾਰ ਦੇ ਨਾਲ ਭੇਜਦੇ ਰਿਹਾ ਇੱਕ ਸ਼ਹਿਰੇ ਚੋਲੇ ਜਿਹੜੀ ਦਸਤਾਰ ਹੈ ਉਹ ਛੀਦੀ ਵਾਲੇ ਦਿਨ ਜਿਹੜੀ ਉਹਨਾਂ ਪਾਈ ਉਹ ਬਾਬਾ ਠਾਕੁਰ ਸਿੰਘ ਜੀ ਦੀ ਭੇਜੀ ਆ ਪਹਿਲਾਂ ਵੀ ਭੇਜਦੇ ਰਹਿੰਦੇ ਸੀ ਤੇ ਬਾਬਾ ਜੀ ਸੁਨੇਹ ਵੀ ਭੇਜਦੇ ਰਹਿੰਦੇ ਹੁੰਦੇ ਸੀ ਉਹਨਾਂ ਨੂੰ ਤੇ ਬਾਬਾ ਜੀ ਨੇ ਤੇ ਹਰ ਪੱਖ ਦੇ ਵਿੱਚ ਬਾਤ ਜਿਹੜੀ ਆ ਉਹ ਅਗਵਾਈ ਕੀਤੀ ਆ ਗੱਲ ਤੇ ਹੁੰਦੀ ਜ਼ਿੰਮੇਵਾਰੀ ਦੀ ਬਾਬਾ ਜੀ ਨੇ ਇੱਕ ਵਾਰੀ ਇਹ ਵੀ ਬਚਨ ਕਿਹਾ ਹੈ ਕਿ ਜਿੰਨੀ ਮੈਨੂੰ ਮਹਾਪੁਰਖਾਂ ਨੇ ਜ਼ਿੰਮੇਵਾਰੀ ਦਿੱਤੀ ਆ ਨਾ ਜੀ ਮੈਂ ਓਨੀ ਨਿਭਾਉਣੀ ਆ ਮੈਂ ਤੇ ਉਹ ਨਿਭਾ ਰਿਆ ਮੈਨੂੰ ਮੈਂ ਤੁਹਾਨੂੰ ਦੱਸਾਂ ਇੱਕ ਵਾਰੀ ਨਾ ਇੱਧਰ ਭਲਾਈ ਕਥਾ ਕਰਦੇ ਆ ਮੇਰੇ ਮੂੰਹੋਂ ਇਹ ਗੱਲ ਨਿਕਲ ਗਈ ਕਿ ਜਿਹੜੇ ਜਿਹੜੇ ਸਿੱਖ ਵਾ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇੰਨੀਆਂ ਬੇਦਬੀਆਂ ਹੁੰਦੀਆਂ ਜੀ ਹੁਣ ਜਿਹੜਾ ਭਲਾਈ ਆ ਇੱਥੋਂ ਉਹ ਕਰੀਬਨ ਜੇ ਜ਼ਿਆਦਾ ਨਹੀਂ ਤੇ 16-1700 ਕਿਲੋਮੀਟਰ ਦੂਰ ਆ ਪੰਜਾਬ ਤੋਂ ਠੀਕ ਹੈ ਜੀ ਤੇ ਬਾਬਾ ਜੀ ਨੇ ਉੱਥੇ ਜਦੋਂ ਕਥਾ ਮੈਂ ਕੀਤੀ ਤੇ ਬਾਅਦ ਚ ਬਾਬਾ ਜੀ ਨੇ ਮੈਨੂੰ ਝਿੜਕਿਆ ਬਾਬਾ ਜੀ ਕਹਿੰਦੇ ਤੂੰ ਸੰਗਤ ਨੂੰ ਨਾ ਗਾਲਾਂ ਕੱਢੀਆਂ ਤੂੰ ਸੰਗਤ ਦੀ ਬੇਇੱਜ਼ਤੀ ਕੀਤੀ ਐ ਸੰਗਤ ਚ ਮਾफी ਮੰਗ ਅੱਛਾ ਬਾਬਾ ਜੀ ਨੂੰ ਇੰਨੀ ਦੂਰ ਆ ਪਤਾ ਲੱਗ ਗਿਆ ਤੁਹਾਡੇ ਕਥਾ ਦਾ ਨਹੀਂ ਨਹੀਂ ਬਾਬਾ ਬਾਬਾ ਜੀ ਨਾਲ ਹੀ ਮੈਂ ਜ਼ਿਆਦਾਤਰ ਬੰਬੇ ਇਧਰ ਬੰਬੇ ਵੱਲ ਹਜੂਰ ਸਾਹਿਬ ਆ ਨਾਗਪੁਰ ਪਹਿਲਾ ਇਹ ਇੰਨੇ ਇਲਾਕੇ ਸਾਰਿਆਂ ਚ ਭਾਈ ਜਸਪਾਲ ਸਿੰਘ ਨਾਲ ਜੰਨਾ ਨਹੀਂ ਤੇ ਬਾਹਰਲੇ ਦੇਸ਼ਾਂ ਚ ਵੀ ਲਗਭਗ ਮੈਂ 2000 ਸਨ ਪਹਿਲਾ ਸਭ ਤੋਂ ਪਹਿਲੀ ਵਾਰ 17 ਮਈ 2000 ਵਿੱਚ ਮੈਂ ਬਾਬਾ ਜੀ ਨਾਲ ਗਿਆ ਵਾਂ ਇੰਗਲੈਂਡ ਨੂੰ ਦੋ ਚਾਰ ਟੂਰ ਜਿਹੜੇ ਪਹਿਲੇ ਸੀ ਬਾਬਾ ਜੀ ਦੇ ਉਹ ਇਕੱਲੇ ਉਦੋਂ ਨਹੀਂ ਮੈਂ ਗਿਆ ਉਦੋਂ ਭਾਈ ਪਲਵਿੰਦਰਪਾਲ ਸਿੰਘ ਜੀ ਬੁਟਰੀ ਨਾਲ ਤੇ ਬਾਬਾ ਜੀ ਬਾਬਾ ਜੀ ਨੇ ਕਥਾ ਸੁਣੀ ਸੀ ਉੱਥੇ ਤੇ ਕਮਰੇ ਵਿੱਚ ਸਨ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਤੂੰ ਸੰਗਤ ਨੂੰ ਮਾੜਾ ਕਿਹਾ ਮਾਫੀ ਮੰਗ ਹੂੰ ਤੇ ਇਹ ਇਹਨਾਂ ਦਾ ਕੀ ਕਸੂਰ ਬਾਬਾ ਜੀ ਨੇ ਨਾਲੇ ਵੀ ਕਿਹਾ ਬਾਬਾ ਜੀ ਕਹਿੰਦੇ ਇਹਨਾਂ ਦਾ ਕੀ ਕਸੂਰ ਆ ਇਹ ਪੰਜਾਬ ਤੋਂ ਇਨੀ ਦੂਰ ਆ ਜੇ ਸ਼ਰਮ ਚ ਡੁੱਬ ਕੇ ਮਰਨਾ ਤੇ ਉਹ ਮਰਨ ਜਿਨ੍ਹਾਂ ਦੇ ਪਿੰਡ ਬੇਦਬੀ ਹੋਈ ਆ ਜ਼ਿੰਮੇਵਾਰੀ ਤੇ ਉਹਨਾਂ ਦੀ ਉੱਥੇ ਹੂੰ 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 ਇਹਨਾਂ ਦੀ ਕੀ ਜ਼ਿੰਮੇਵਾਰੀ ਆ ਇਹ ਤੇ ਤੂੰ ਸੰਗਤ ਦੀ ਬੇਦਬੀ ਕੀਤੀ ਆ ਬੇਇਜ਼ਤੀ ਕੀਤੀ ਆ ਤੇ ਤੂੰ ਮਾਫੀ ਮੰਗ ਮੈਂ ਜਿਤਨਾ ਵੀ ਮੈਨੂੰ ਚੇਤਾ ਅਖਰ ਜੋ ਵੀ ਮੈਂ ਬੋਲ ਸਕਿਆ ਉਸ ਵੇਲੇ ਮੈਂ ਬੇਇਜ਼ਤੀ ਜਿਹੜੀ ਉਹ ਉਹਦੇ ਪਰਥਾਏ ਜੋ ਬੇਨਤੀ ਕੀਤੀ ਮੈਨੂੰ ਸਾਰੇ ਅੱਖਰ ਤ ਨਹੀਂ ਚੇਤੇ ਪਰ ਇਸ ਤਰੀਕੇ ਦੀ ਹੀ ਕਿ ਮਹਾਪੁਰਖਾਂ ਦਾ ਬਚਨ ਵਾ ਕਿ ਜਿਹਦੀ ਜਿੱਥੇ ਡਿਊਟੀ ਲੱਗੀ ਆ ਉਹਨੂੰ ਉਹ ਡਿਊਟੀ ਆਪਣੀ ਕਰਨੀ ਚਾਹੀਦੀ ਆ ਤੇ ਹੋਰ ਗੱਲਾਂਬਾਤ ਜਿਹੜਾ ਵਾ ਉਹ ਖਿਆਲ ਨਹੀਂ ਦੇਣਾ ਚਾਹੀਦਾ ਇਹੋ ਜਮੈਂ ਇਦਾਂ ਦੇ ਲਫ਼ਜ਼ ਕਹਿ ਤੇ ਮੈਂ ਹੈ ਨਾਲ ਜਿਹੜੇ ਜਿਹੜੀ ਕੋਈ ਮੇਰ ਕੋ ਗਲਤ ਗੱਲਾਂ ਕਈਆਂ ਗਈਆਂ ਉਹਦੀ ਮੈਂ ਮਾਫੀ ਮੰਗਦਾ ਜੀ ਬਾਬਾ ਜੀ ਨੇ ਉਦੋਂ ਉਦੋਂ ਦੀ ਮੈਂ ਗੱਲਬਾਤ ਫੇਰ ਆਉਂਦਾ ਕਿ ਜਿਹੜੇ ਕਹਿੰਦੇ ਨਾ ਬਾਬਾ ਜੀ ਡਰਦੇ ਹੀ ਜਾਂ ਬੋਲਦੇ ਨਹੀਂ ਬਾਬਾ ਜੀ ਨੇ ਉੱਥੋਂ ਭਲਾਈਆਂ ਫਿਰ ਤਿਆਰੀ ਕੀਤੀ ਜੀ ਵਾਪਸ ਪੰਜਾਬ ਨੂੰ ਆਉਣ ਦੀ ਤੇ ਬਾਬਾ ਜੀ ਨੇ ਇੰਨੀ ਤੇਜ਼ੀ ਕੀਤੀ ਕਿ ਰਸਤੇ ਵਿੱਚ ਕਿਤੇ ਰੁਕੇ ਨਹੀਂ ਗਵਾਲੀਅਰ ਜਾਂ ਉੱਥੋਂ ਭਲਾਈਆਂ ਜੋ ਚੱਲੇ ਗਵਾਲੀਅਰ ਆ ਕੇ ਰੁਕੇ ਅੰਮ੍ਰਿਤਵੇੜਾ ਹੀ ਇਸ਼ਨਾਨ ਕੀਤਾ ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਸ਼ਕਾਰ ਸੇਵਾ ਵਾਲਿਆਂ ਦੀ ਉੱਥੇ ਸੇਵਾ ਅੱਜ ਵੀ ਉਹ ਸੇਵਾ ਕਰਾਉਂਦੇ ਜ਼ਿੰਮੇਵਾਰ ਉਹ ਨੇ ਤੇ ਉਹ ਸਿੰਘਾਂ ਨੂੰ ਪਹਿਲਾਂ ਪਹਿਲਾਂ ਫੋਨ ਕਰ ਦਿੱਤਾ ਸੀ ਤੇ ਉਹਨਾਂ ਨੇ ਪ੍ਰਸ਼ਾਦੇ ਪਕਾ ਕੇ ਦਾਲਾ ਭਾਜਾ ਬਣਾਇਆ ਤੇ ਤਿਆਰੀ ਟੋਕਰੇ ਵਿੱਚ ਬਣਾ ਕੇ ਉਤਰਾ ਹੀ ਗੱਡੀ 'ਚ ਰਖਾ ਲੇ ਖਾਣ ਨਹੀਂ ਦਿੱਤੇ ਸਿੰਘਾਂ ਨੂੰ ਇਸ਼ਨਾਨ ਕੀਤਾ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਰਸਤੇ ਵਿੱਚ ਆਪਾਂ ਨਿਤਨੇਮ ਕਰ ਲਾਂਗੇ ਤੇ ਬਾਬਾ ਜੀ ਇੱਥੇ ਪਹੁੰਚੇ ਪੰਜੋਖਰਾ ਸਾਹਿਬ ਠੀਕ ਹੈ ਜੀ ਹੰਬ ਵਾਲੇ ਦੇ ਕੋਲ ਜੀ 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 ਇੱਥੇ ਦਿਹਾੜਾ ਸੀ ਉਸ ਦਿਨ ਇਹ ਸਾਹਿਬਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਸ ਦਿਨ ਗੁੰਗੇ ਛੱਜੂ ਝੂਰ ਦੇ ਕੋਲੋਂ ਅਰਥ ਕਰਾਏ ਸੀ ਜੀ 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 ਗੀਤਾ ਜੀ ਦੇ ਕਿਉਂਕਿ ਆਪ ਜੀ ਦੇ ਸਾਰੀ ਸੰਗਤਾਂ ਨੂੰ ਸੰਗਤਾਂ ਨੂੰ ਉਹ ਸਾਖੀ ਦਾ ਪਤਾ ਹੈ ਕਿ ਲਾਲਚੰਦ ਨੇ ਹੰਕਾਰ ਕੀਤਾ ਸੀ ਇਹਨਾਂ ਨੇ ਨਾਮ ਵੀ ਵੱਡਾ ਰਖਾਇਆ ਤੇ ਕ੍ਰਿਸ਼ਨ ਜੀ ਜਿਹੜੇ ਦੁਆਪਰ ਦੇ ਹੋਏ ਆ ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ ਮੈਂ ਤਾਂ ਮੰਨਾਂਗਾ ਜੇ ਅਰਥ ਕਰ ਦੇਣਗੇ ਤੇ ਮਾਰੇ ਕਹਿੰਦੇ ਜੇ ਮੈਂ ਅਰਥ ਕਰ ਦਿੱਤੇ ਤੂੰ ਫਿਰ ਵੀ ਸ਼ੱਕ ਕਰਨਾ ਹੈ ਕਿ ਸ਼ਾਇਦ ਇਹਨਾਂ ਦੇ ਪਿਤਾ ਨੇ ਪੜਾ ਦਿੱਤਾ ਹੋਵੇ ਨਿੱਕੇ ਹੁੰਦਿਆਂ ਹੀ ਤੂੰ ਇਸ ਇਸ ਤਰ੍ਹਾਂ ਕਰ ਜਿੰਨੂੰ ਮਰਜੀ ਲਾਇਆ ਤੇ ਉਹ ਫਿਰ ਗੁੰਗੇ ਬੋਲੇ ਛੱਜੂ ਝੂਰ ਜੀ ਨੂੰ ਲੈ ਕੇ ਆਇਆ ਸੀ ਤੇ ਮਾਰਾ ਨੇ ਉੱਤੇ ਕਿਰਪਾ ਦ੍ਰਿਸ਼ਟੀ ਕਰਾ ਕੇ ਕਰਕੇ ਤੇ ਉਹ ਗੁੰਗੇ ਕੋਲੋਂ ਅਰਥ ਕਰਾਈ ਉਹ ਦਿਹਾੜਾ ਸੀ ਉਹਦਾ ਠੀਕ ਹੈ ਜੀ ਜਿਸ ਦਿਨ ਬਾਬਾ ਜੀ ਇੱਥੇ ਪਹੁੰਚੇ ਪਨੋਖਰਾ ਸਾਹਿਬ ਜੀ ਤੇ ਭਾਈ ਜਸਪਾਲ ਸਿੰਘ ਜੀ ਡੀਆਈਜੀ ਰੇਂਜ ਦਾ ਪ੍ਰਬੰਧ ਸੀ ਐਸਐਸਪੀ ਰੇਂਜ ਦਾ ਨਹੀਂ ਇੰਨੀ ਜਿਆਦਾ ਪੁਲਿਸ ਸੀ ਨਾ ਇੰਨੀ ਜਿਆਦਾ ਪੁਲਿਸ ਅੰਦਰ ਬਾਹਰ ਸੰਗਤ ਵੀ ਨਹੀਂ ਇੰਨੀ ਹਣੀ ਤੇ ਉਦੋਂ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਸੀ ਭਾਈ ਮਨਜੀਤ ਸਿੰਘ ਜੀ ਹੂੰ ਤੇ ਉਹ ਵੀ ਉਹਨਾਂ ਵੀ ਉੱਥੇ ਜਾਣਾ ਸੀ ਤੇ ਹੋਰ ਲੀਡਰ ਵੀ ਬਹੁਤ ਜ਼ਿਆਦਾ ਆਉਣੇ ਸੀ ਬਾਬਾ ਜੀ ਨੇ ਜਦੋਂ ਮੱਥਾ ਟੇਕਿਆ ਨਾ ਉੱਥੇ ਜਾ ਕੇ ਜੀ ਤੇ ਮੱਥਾ ਟੇਕ ਕੇ ਤੇ ਮੇਰੇ ਵੱਲ ਵੇਖ ਕੇ ਕਹਿੰਦੇ ਗਿਆਨੀ ਜਿਹੜੀ ਭਲਾਈ ਗੱਲ ਬੋਲੀ ਸੀ ਨਾ ਤੂੰ ਹੂੰ ਕਹਿੰਦੇ ਇੱਥੇ ਬੋਲ ਆ ਹੀ ਬੋਲਣ ਦਾ ਥਾਂ ਠੀਕ ਹੈ ਉਹ ਜਿਹੜੀਆਂ ਮੈਂ ਉੱਥੇ ਗੱਲਾਂ ਬੋਲੀਆਂ ਸੀ ਨਾ ਕਿ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਹੋ ਰਹੀਆਂ ਕੋਈ ਨਾ ਗੌਰਮੈਂਟ ਇਨਸਾਫ ਦਿੰਦੀ ਹੈ ਇਸ ਗੱਲ ਦਾ ਨਾ ਕੋਈ ਉਹਨਾਂ ਨੂੰ ਮਾਰਦਾ ਹੈ ਬਾਬਾ ਜੀ ਕਹਿੰਦੇ ਤੂੰ ਇੱਥੇ ਬੋਲ ਉਹਨਾਂ ਦੇ ਆ ਹੀ ਬੋਲਣ ਦਾ ਥਾਂ ਤੇ ਮੈਂ ਸੱਚ ਬੋਲਦਾ ਸਾਰਿਆਂ ਦੇ ਸੰਗਤ 'ਚ ਇਹ ਵੀਡੀਓ ਜਾਨੀਆਂ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤਰੇਲੀ ਆ ਗਈ ਸੀ ਕੋਈ ਬੰਦਾ ਐਸਾ ਨਹੀਂ ਜਿਹੜਾ ਮੌਤ ਤੋਂ ਨਹੀਂ ਡਰਦਾ ਇੱਕ ਬ੍ਰਹਮ ਗਿਆਨੀ ਤੋਂ ਬਗੈਰ ਕਿਸੇ ਨੂੰ ਕਿਸੇ ਦੇ ਅੰਦਰੋਂ ਮੌਤ ਦਾ ਭੈ ਨਹੀਂ ਜਾਂਦਾ ਬਿਲਕੁਲ ਬਿਲਕੁਲ ਇੱਕ ਵਾਰੀ ਮੈਂ ਤਰੇਲੀਓ ਤਰੇਲੀ ਹੋ ਗਿਆ ਸੀ ਪਰ ਗੁਰੂ ਆਰ ਕੈਸਨ ਸਾਹਿਬ ਜੀ ਨੇ ਕਿਰਪਾ ਕੀਤੀ ਬਾਬਾ ਜੀ ਵੱਲ ਵੇਖ ਕੇ ਤੇ ਮੈਂ ਮਨੋਂ ਮਨ ਅਰਦਾਸ ਕੀਤੀ ਮਹਾਰਾਜ ਵੱਲ ਦੇਖ ਕੇ ਕਿ ਹੁਣ ਕਿਰਪਾ ਰਖ ਫਿਰ ਮੈਂ ਸਟੇਜ ਤੇ ਬੋਲਿਆ ਪੱਤਰਕਾਰ ਤੇ ਸੀਆਈਡੀ ਵਾਲਿਆਂ ਦੀਆਂ ਕਲਮਾਂ ਚੱਲਦੀਆਂ ਮੈਂ ਖੁਦ ਵੇਖੀਆਂ ਆਪਣੀ ਅੱਖੀ ਫਿਰ ਮੈਂ ਉੱਤੇ ਬਹੁਤ ਜ਼ਿਆਦਾ ਗਰਮ ਬੋਲਿਆ ਬਹੁਤ ਜ਼ਿਆਦਾ ਗਰਮ ਪ੍ਰਚਾਰ ਕੀਤਾ ਜੀ ਤੇ ਉਸ ਤੋਂ ਬਾਅਦ ਇਹ ਮੈਨੂੰ ਬਾਬਾ ਜੀ ਨੇ ਜਨਾਹ ਦਿੱਤਾ ਕਿ ਕੋਈ ਸੱਚੀ ਗੱਲ ਵੀ ਬੋਲਣੀ ਆ ਉਹ ਥਾਂ ਤੇ ਸਮੇਂ ਤੋਂ ਬਗੈਰ ਨਹੀਂ ਬੋਲਣੀ ਚਾਹੀਦੀ ਇਹ ਮੈਂ ਤੁਹਾਨੂੰ ਇੱਕ ਤੇ ਦੋ ਕਾਰਨਾ ਕਰਕੇ ਗੱਲ ਦੱਸ ਰਿਹਾ ਇੱਕ ਇਸ ਵਾਸਤੇ ਕਿ ਜਿਹੜੇ ਕਹਿੰਦੇ ਬਾਬਾ ਜੀ ਡਰਦੇ ਹੀ ਜਾਂ ਗੁੰਗੇ ਹੀ ਉਹਨਾਂ ਵਾਸਤੇ ਦੂਜੀ ਗੱਲ ਉਹਨਾਂ ਪ੍ਰਚਾਰਕਾਂ ਵਾਸਤੇ ਜਿਹੜੇ ਕਿਤੋਂ ਦੀ ਗੱਲ ਜਾ ਕੇ ਤੇ ਹੋਰ ਥਾਂ ਬੋਲਦੇ ਆ ਜੇ ਕਿਸੇ ਨੇ ਬੋਲਣੀ ਆ ਕਿਸ ਕੋਈ ਡੇਰੇਦਾਰ ਗਲਤੀਆਂ ਡੇਰੇਦਾਰ ਗਲਤੀਆਂ ਕਰਦਾ ਤੇ ਉਹਦੇ ਡੇਰੇ ਤੇ ਜਾ ਕੇ ਬੋਲੋ ਉਹਨੂੰ ਕਿ ਭਾਈ ਤੂੰ ਆ ਗਲਤੀਆਂ ਕਰਨ ਡਿਆ ਹੂੰ ਜੀ ਸਹੀ ਗੱਲ ਐ ਤੇ ਹਟੇਗਾ ਤੇ ਤਾਂ ਹੀ ਨਾ ਉਹ ਤੇ ਤਾਂ ਹੀ ਹਟ ਸਕਦਾ ਇਧਰ ਉਧਰ ਸੰਗਤਾਂ ਦਾ ਟਾਈਮ ਖਰਾਬ ਕਰ ਸੰਗਤਾਂ ਦਾ ਟਾਈਮ ਖਰਾਬ ਕਰ ਬੰਦੇ ਨਾਲ ਗੁਰੂ ਸਾਹਿਬ ਜੀ ਦੇ ਜਿਹੜਾ ਜਸ ਵਡਿਆਈ ਸੁਣਨ ਆਈਆਂ ਉਹਨਾਂ ਸੰਗਤਾਂ ਵਿਚਾਰੀਆਂ ਦਾ ਦੂਰ ਦਰੇਡੇ ਵਾਲੀਆਂ ਦਾ ਕੀ ਕਸੂਰ ਹੁੰਦਾ ਜਿਹੜੇ ਕਹਿੰਦੇ ਗੁਰੂ ਨਾਨਕ ਦੇਵ ਜੀ ਵੀ ਸੱਚ ਬੋਲਦੇ ਰਹੇ ਸੀ ਤੇ ਗੁਰੂ ਨਾਨਕ ਦੇਵ ਜੀ ਅਪਰਾਧੀਆਂ ਦੇ ਹੂੰ ਅਪਰਾਧੀਆਂ ਦੇ ਜਿਹੜੇ ਤੇ ਗਲਤੀਆਂ ਕਰਦੇ ਸੀ ਉਹਨਾਂ ਨੂੰ ਹੀ ਕਹਿੰਦੇ ਹੁੰਦੇ ਸੀ ਨਾ ਕਿ ਤੁਸੀਂ ਆ ਗਲਤ ਕੰਮ ਕਰਦੇ ਬਾਬਾ ਜੀ ਨੂੰ ਟਾਈਮ ਨਾ ਬਿਲਕੁਲ ਥੋੜਾ ਰਹਿ ਗਿਆ ਆਪਣੇ ਕੋਲ ਤੁਹਾਨੂੰ ਇੱਕ ਆਖਰੀ ਜਵਾਬ 3 2-3 ਮਿੰਟ ਦੇ ਵਿੱਚ ਵਿੱਚ ਦੇਣਾ ਪੈਣਾ ਹੈ ਉਹ ਜਵਾਬ ਹੈਗਾ ਉਹ ਸਵਾਲ ਮੇਰਾ ਹੈਗਾ ਜੀ ਜਦੋਂ ਸੰਤ ਬਾਬਾ ਠਾਕੁਰ ਸਿੰਘ ਜੀ ਚੜ੍ਹਾਈ ਕੀਤੇ ਨੇ ਉਹਨਾਂ ਨੇ ਸਰੀਰ ਨੂੰ ਤਿਆਗਿਆ ਤੇ ਉਸ ਤੋਂ ਬਾਅਦ ਟਕਸਾਲ ਦੇ ਵਿੱਚ ਕਈ ਵੰਡੀਆਂ ਪਈਆਂ ਨੇ ਇਵਨ ਕਿ ਟਕਸਾਲ ਦੇ ਮੁਖੀਆਂ ਨੂੰ ਲੈ ਕੇ ਵੀ ਵਿਵਾਦ ਪਾ ਕਾਫੀ ਭੱਖਿਆ ਤਾਂ ਕੀ ਬਾਬਾ ਜੀ ਨੇ ਕਿਸੇ ਨੂੰ ਜ਼ਿੰਮੇਵਾਰੀ ਦੇਣ ਵਿੱਚ ਕੋਈ ਅਣਗਹਿਲੀ ਕਰ ਲਈ ਜਾਂ ਜਿਹੜੇ ਉਹਨਾਂ ਦੇ ਬਚਨ ਸੀ ਬਾਬਾ ਠਾਕੁਰ ਸਿੰਘ ਜੀ ਦੇ ਉਹ ਮੰਨੇ ਨਹੀਂਗੇ ਪ੍ਰੋਪਰਲੀ ਔਰ ਇਸ ਕਰਕੇ ਟਕਸਾਲ ਦੇ ਵਿੱਚ ਵਿਵਾਦ ਪਿਆ ਜੀ। ਇਹ ਵਿਵਾਦ ਪਿਆ ਹੈ ਬਾਬਾ ਜੀ ਦੇ ਬਚਨ ਨਾਮ ਮੰਨਣ ਕਰਕੇ ਦੂਜੀਆਂ ਜਸਪਾਲ ਸਿਆਮਾ ਵੰਡੀਆਂ ਦੀ ਗੱਲ ਦੱਸਾਂ ਭਾਈ ਗਿਆਨ ਸਿੰਘ ਹੀ ਮਲਸੀਆਂ ਤੋਂ ਬਹੁਤ ਲੈਂਡ ਲੈਂਡ ਵੀ ਸੀ ਤੇ ਬਹੁਤ ਉਹ ਸ਼ਰਧਾ ਭਾਵਨਾ ਵਾਲੇ ਵੀ ਹੂੰ ਤੇ ਉਹ ਉਹਨਾਂ ਨਾਲ ਬਾਬਾ ਜੀ ਦਾ ਜੋ ਬਚਨ ਹੋਇਆ ਸੰਤ ਜਰਨੈਲ ਸਿੰਘ ਜੀ ਦਾ ਉਹ ਕਹਿੰਦੇ ਕਿ ਇੱਕ ਵਾਰੀ ਸੰਤ ਬਾਬਾ ਜਰਨੈਲ ਸਿੰਘ ਨੇ ਬਚਨ ਕਿਹਾ ਸੀ ਕਿ ਗਿਆਨ ਸਿਆਂ ਕੋਈ ਸਮਾਉਣਾ ਮੈਨੂੰ ਲਾਂਬੇ ਹੋਣਾ ਪੈਣਾ ਵਾ ਤੇ ਉਤੋਂ ਬਾਅਦ ਟਕਸਾਲ ਦੇ ਵਿੱਚ ਕਈ ਪੱਗਾਂ ਬੰਨੀਆਂ ਹੋਣੀਆਂ ਜਦੋਂ ਮੈਂ ਮੁੜ ਕੇ ਵਾਪਸ ਆਉਣਾ ਹੂੰ ਤੇ ਦੂਜਾ ਮੈਂ ਇਹ ਦੱਸਾਂ ਤੁਹਾਨੂੰ ਕਿ ਇਹ ਸਾਰਿਆਂ ਦੀ ਇੱਛਾ ਹੀ ਇਹ ਸਾਰੇ ਮਨ ਚੇ ਸੋਚਦੇ ਹੁੰਦੇ ਸੀ ਜਦੋਂ 2000 ਸੰਚ ਮੈਂ ਅਮਰੀਕਾ ਗਿਆ ਉਦੋਂ ਵੀ ਇਹਨਾਂ ਬਾਰੇ ਇਹ ਗੱਲਾਂ ਸੁਣੀਆਂ ਹੈ ਕਿ ਅਗਲੇ ਮੁਖੀ ਬਣਨੇ ਆਮ ਸੰਗਤ ਚੋਂ ਤੇ ਇਹ ਖੁਦ ਹੀ ਆਪਣੀਆਂ ਜਿਤਨਾ ਗੱਲਾਂ ਕਰਦੇ ਸੀ ਤੇ ਇਹਨਾਂ ਦੀ ਇੱਛਾ ਸੀ ਕਿ ਬਾਬਾ ਠਾਕੁਰ ਸਿੰਘ ਜੀ ਕੋਲੋਂ ਤੇ ਕੌਮ ਦਾ ਕੋਈ ਸੰਭਾਲਣੀ ਹੁੰਦੀ ਖਾਲਸੇ ਰਾਜ ਬਾਰੇ ਕੋਈ ਗੱਲ ਨਹੀਂ ਕਰਦੇ ਤੇ ਅਹੀਂ ਖਾਲਸਾ ਰਾਜ ਕਾਇਮ ਕਰਦਾਂਗੇ ਬਾਬਾ ਜੀ ਨੇ ਸਰੀਰ ਛੱਡਣ ਤੋਂ ਪਹਿਲਾਂ ਇਹ ਗੱਲ ਕਹੀ ਆ ਕਿ ਜਿਹੜੇ ਸੋਚਦੇ ਆ ਨਾ ਕਿ ਅਸੀਂ ਕੌਮ ਦਾ ਕੋ ਸਵਾਰ ਸਕਦੇ ਆ ਜਾਂ ਕੁਛ ਅਹੀਂ ਹੱਲ ਕਰ ਸਕਦੇ ਆ ਖਾਲਸਾ ਰਾਜ ਕਾਇਮ ਕਰ ਸਕਦੇ ਆ ਉਹ ਕਰਕੇ ਵੇਖ ਲੋ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਬਗਾਰ ਕਿਸੇ ਕੋਲੋ ਕੁਝ ਨਹੀਂ ਹੋਣਾ ਉਹਨਾਂ ਦੀ ਡਿਊਟੀ ਕਲਗੀਧਰ ਪਾਤਸ਼ਾਹ ਵੱਲੋਂ ਲੱਗੀ ਆ ਤੇ ਉਹਨਾਂ ਨੇ ਹੀ ਇਹ ਸੇਵਾ ਸੰਪੂਰਨ ਕਰਨੀ ਜੀ ਬਾਬਾ ਜੀ ਨੇ ਤੇ ਬਾਰ ਬਾਰ ਇਹ ਬਚਨ ਕਹੇ ਇਹ ਗੱਲਾਂ ਕਹੀਆਂ ਜੀ ਤੇ ਬਾਬਾ ਜੀ ਦੇ ਸਰੀਰ ਛੱਡਣ ਦਾ ਮੇਨ ਕਾਰਨ ਹੀ ਇਹ ਵਾ ਉਹਨਾਂ ਤੋਂ ਬਾਅਦ ਵੇਖੋ ਕਿੰਨੇ ਜ ਕਿੰਨੇ ਧੜੇ ਕਿੰਨੀਆਂ ਗੱਲਾਂ ਨੰਗੀਆਂ ਹੋ ਗਈਆਂ ਕਿ ਬਾਬਾ ਠਾਕੁਰ ਸਿੰਘ ਜੀ ਦਾ ਇਹ ਬਚਨ ਮੰਨਣ ਵਾਲਾ ਕੋਈ ਵੀ ਨਹੀਂ ਕਿ ਸੰਤ ਚੜਦੀ ਗੱਲਾ ਚ ਤੇ ਬਾਬਾ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਵੱਡੇ ਵੱਡੇ ਥੰਮ ਡਿੱਗ ਜਾਣਗੇ ਇਹ ਤਾਂ ਕੁਦਰਤ ਦੀ ਖੇਡ ਹੁੰਦੀ ਹੈ ਪ੍ਰਾਤਨ ਆਪਾਂ ਫੇਰ ਕਿਸ ਦਿਨ ਗੱਲ ਕਰਾਂਗੇ ਮਹਾਰਾਜ ਜੀ ਦੇ ਸਮੇਂ 'ਚ ਵੀ ਕਈ ਵਾਰ ਇਹੋ ਜੀਆਂ ਦੁਫੇੜਾਂ ਤੇ ਕਈ ਕੋ ਪੈਂਦਾ ਰਹਿੰਦਾ ਇਹ ਤੇ ਇੱਕ ਸੰਸਾਰ ਦਾ ਸੁਭਾਵਿਕ ਵਰਤਾਰਾ ਮੈਂ ਤਾਂ ਮੈਂ ਕੋਈ ਬਹੁਤੀ ਵੱਡੀ ਗੱਲ ਨਹੀਂ ਸਮਝਦਾ ਜੀ 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 ਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਬੜਬੁਲੀ ਜਾਣਕਾਰੀ ਦਿੱਤੀ ਬਾਬਾ ਠਾਕੁਰ ਸਿੰਘ ਜੀ ਬਾਰੇ ਔਰ ਕਿਉਂਕਿ ਜਿਹੜੀਆਂ ਗੱਲਾਂ ਹੁੰਦੀਆਂ ਨੇ ਵੱਖਰੇਵੇਂ ਹੋ ਜਾਂਦੇ ਨੇ ਜਿਵੇਂ ਤੁਸੀਂ ਵੀ ਦੱਸਿਆ ਕਿ ਪੁਰਾਣੇ ਸਮਿਆਂ ਤੋਂ ਮਿਸਲਾਂ ਦੇ ਵਿੱਚ ਵੀ ਹੈਗੇ ਸੀ ਸੋ ਗੱਲ ਤਾਂ ਇਹ ਹੈ ਕਿ ਜੋ ਬਾਬਾ ਠਾਕੁਰ ਸਿੰਘ ਜੀ ਦੀ ਦੇਣ ਆ ਸਿੱਖਾਂ ਨੂੰ ਜੋ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕੀਤਾ ਜ਼ਿੰਦਗੀ ਦੇ ਵਿੱਚ ਕੀਤਾ ਉਹਨੂੰ ਆਪਾਂ ਪੂਰੀ ਤਰ੍ਹਾਂ ਨਾਲ ਅੱਖੋਂ-ਓਲੇ ਨਹੀਂ ਕਰ ਸਕਦੇ ਹਾਲਾਂਕਿ ਚਲੋ ਕਈ ਧਿਰਾਂ ਨੇ ਜਵੇਂ ਮਿਸ਼ਨਰੀ ਕਾਲਜ ਨੇ ਜਾਂ ਹੋਰ ਟਕਸਾਲਾਂ ਨੇ ਨਿਹੰਗ ਸਿੰਘ ਨੇ ਇਹਨਾਂ ਲੋਕਾਂ ਦੀ ਆਪ ਕੋ ਆਪਣੀਆਂ ਮਰਿਆਦਾ ਵੀ ਨੇ ਆਪ ਕੋ ਆਪਣੇ ਵਿਚਾਰ ਵੀ ਨੇ ਲੇਕਿਨ ਫਿਰ ਵੀ ਜੋ ਕਿਸੇ ਦੀ ਦੇਣ ਹੁੰਦੀ ਆ ਉਸ ਨੂੰ ਅਸੀਂ ਅੱਖੋਂ ਉੱਲੇ ਨਾ ਕਰਕੇ ਇੱਕ ਬਣਦਾ ਸਤਕਾਰ ਹਰ ਇੱਕ ਉਹਨੂੰ ਮਿਲਣਾ ਚਾਹੀਦਾ ਆ ਸੋ ਬਾਬਾ ਠਾਕੁਰ ਸਿੰਘ ਨੇ ਜਦੋਂ ਪੂਰਾ ਗੋਲੀ ਦਾ ਰਾਜ ਸੀ ਵੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ ਸੀ ਵੇਖਦੇ ਹੀ ਗੋਲੀ ਮਾਰਨ ਦੇ ਆਰਡਰ ਕਈ ਵਾਰੀ ਮਿਲ ਜਾਂਦੇ ਸੀ ਘਰਾਂ ਤੋਂ ਚੱਕ ਚੱਕ ਕੇ ਪੁਲਿਸ ਫੌਜ ਜਿਵੇਂ ਵੀ ਸਾਰੇ ਹਾਲਾਤ ਸਾਰਿਆਂ ਦੇ ਸਾਹਮਣੇ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਖਾੜਕੂਆਂ ਦੀ ਮਦਦ ਕਰਨੀ ਉਹਨਾਂ ਨੂੰ ਰਾਸ਼ਨ ਪਾਣੀ ਦੇਣਾ ਈਵਨ ਕੇ ਸਿਮਰਜੀਤ ਸਿੰਘ ਮਾਨ ਦੀ ਜਮਾਨਤ ਵਾਸਤੇ ਵੀ ਉਹਨਾਂ ਨੇ ਜਦੋਜਹਦ ਕੀਤੀ ਪੈਸੇ ਵੀ ਦਿੱਤੇ ਹੋਰ ਵੀ ਬੜੇ ਸਿੰਘਾਂ ਦੀ ਜਵੇਂ ਦੱਸਿਆ ਔਰ ਖਾਸ ਕਰਕੇ ਭਾਈ ਸੁੱਖਾ ਤੇ ਜਿੰਦਾ ਹੁਣੀ ਜੇ ਉਹਨਾਂ ਦੇ ਮਨ ਦੇ ਵਿੱਚ ਬਾਬਾ ਜੀ ਪ੍ਰਤੀ ਕਿੰਨਾ ਸਤਕਾਰ ਸੀ ਸੋ ਇਹੋ ਜੇ ਸਿੰਘਾਂ ਦੀ ਜਿਹੜੀ ਗਵਾਹੀ ਹੈ ਜਾਂ ਇਹੋ ਜੇ ਸਿੰਘਾਂ ਦਾ ਸਤਕਾਰ ਜੋ ਬਾਬਾ ਜੀ ਪ੍ਰਤੀ ਹੈਗਾ ਸੀ ਉਹਨੂੰ ਵੀ ਆਪਾਂ ਅੱਖੋਂ-ਉੱਲੇ ਨਹੀਂ ਕਰ ਸਕਦੇ ਕੋਈ ਵਿਚਾਰਕ ਮਤਭੇਦ ਹੋਣਾ ਵੱਡੀ ਗੱਲ ਨਹੀਂ ਹੁੰਦੀ ਉਹ ਵਿਚਾਰਕ ਵਿਚਾਰਾਂ ਕਰਕੇ ਡਿਸਕਸ਼ਨ ਕਰਕੇ ਅਸੀਂ ਉਹਦੇ ਕਿਸੇ ਸਿੱਟੇ ਤੇ ਪਹੁੰਚ ਸਕਦੇ ਹਾਂ ਸੋ ਆ ਭੁਲਚੁੱਕ ਦੀ ਮਾਫੀ ਜੇ ਕੋਈ ਗੱਲ ਗਲਤ ਨਿਕਲੀ ਹੋਵੇ ਮੇਰੇ ਮੂੰਹ ਚੋਂ ਕਿਸੇ ਕਿਸਮ ਦੀ ਵੀ ਤਾਂ ਮੈਂ ਉਹਦੀ ਮਾਫੀ ਮੰਗਦਾ ਬਾਕੀ ਧੰਨਵਾਦ ਕਰਦੇ ਆ ਗੈਨੀ ਸਤਨਾਮ ਸਿੰਘ ਜੀ ਦਾ ਅਰਉ ਜਿਵੇਂ ਕਿ ਇਹਨਾਂ ਨੇ ਕਥਾ ਕਰਨੀ ਹੁੰਦੀ ਆ ਤੇ ਸਟੱਡੀ ਵੀ ਕਾਫੀ ਕਰਨੀ ਪੈਂਦੀ ਆ ਕਥਾ ਨਾਲ ਸੰਬੰਧਿਤ ਤਾਂ ਸਮਾਂ ਦਿੱਤਾ ਬਾਬਾ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਖੀਰ ਚ ਬੇਨਤੀ ਇਹੋ ਕਰਦਾ ਸਮੂਹ ਸੰਗਤਾਂ ਨੂੰ ਜਿਹੜੀ ਬੇਨਤੀ ਮੇਰੀ ਜੀ हां ਤੁਹਾਡੀ ਆਵਾਜ਼ ਆ ਰਹੀ ਆ ਤੇ ਮੈਂ ਬੇਨਤੀ ਇਹੋ ਸਮੂਹ ਸੰਗਤਾਂ ਨੂੰ ਤੁਹਾਡੇ ਟੀਵੀ ਦੇ ਮਾਧਿਅਮ ਨਾਲ ਕਰਦਾ ਕਿ ਜਿਹੜੀ ਮੈਂ ਅੱਜ ਪੰਥ ਦੇ ਵਿੱਚ ਆ ਜਿਹੜੇ ਪੰਥਕ ਪ੍ਰੀਤ ਵਾਲੇ ਜਿਹੜੇ ਹਲਕੇ ਆ ਸਾਰੇ ਜਿਹੜੇ ਪੰਥ ਨਾਲ ਪ੍ਰੀਤ ਕਰਦੇ ਆ ਜਿਹੜੇ ਪੰਥ ਨਾਲ ਪ੍ਰੇਮ ਕਰਦੇ ਉਹਨਾਂ ਦੇ ਵਿੱਚ ਫੁੱਟਦਾ ਉਹਨਾਂ ਦੀ ਅਦੋ ਗਤੀ ਦਾ ਕਾਰਨ ਮੈਂ ਇੱਕੋ ਹੀ ਸਮਝਦਾ ਜਿਹੜਾ ਬਾਬਾ ਠਾਕੁਰ ਸਿੰਘ ਦਾ ਬਚਨ ਨਹੀਂ ਮੰਨਿਆ ਇਸ ਦੇ ਵਿੱਚ ਸੰਤ ਬਾਬਾ ਜਨੈਲ ਸਿੰਘ ਜੀ ਦਾ ਵੀ ਬਚਨ ਹੈ ਕਿ ਜਿਹੜਾ ਬਾਬਾ ਠਾਕੁਰ ਸਿੰਘ ਦਾ ਬਚਨ ਮੰਨੂ ਉਹਦੀ ਚੜ੍ਹਦੀ ਕਲਾ ਹੋ ਦੋਵਾਂ ਮਹਾਂਪੁਰਖਾਂ ਦੇ ਬਚਨ ਨਹੀਂ ਆਪਾਂ ਮੰਨੇ ਤੇ ਇਹਦੇ ਕਰਕੇ ਫਿਰ ਬਾਬਾ ਠਾਕੁਰ ਸਿੰਘ ਜੀ ਨੇ ਇਹ ਵੀ ਕਿਹਾ ਕਿ ਜੇ ਮੇਰੇ ਤੇ ਭਰੋਸਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਵੀ ਭਰੋਸਾ ਨਹੀਂ ਤੇ ਜਿਹੜੀ ਅੱਜ ਮਾਰ ਪੈਂਡਈ ਆ ਨਾ ਇਹ ਬਚਨ ਨਾਮ ਮੰਨਣ ਕਰਕੇ ਮੇਰੀ ਸਮਝ ਅਨੁਸਾਰ ਇਹ ਬਚਨ ਨਾਮ ਮੰਨਣ ਕਰਕੇ ਸਾਰੀ ਝੋਟਾ ਸਾਰੀਆਂ ਗੱਲਾਂ ਉਹ ਤੀਆਂ ਤੇ ਬਾਬਾ ਜੀ ਦੀ ਨਿੰਦਾ ਕਰਨ ਨਾਲ ਤੇ ਇਹ ਬਹੁਤਾ ਡਾਊਨ ਕਮ ਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਆ ਕਿ ਜਿਹੜੀ ਸਾਧੂ ਦੀ ਕਿਸੇ ਗੁਰਮਖ ਦੀ ਨਿੰਦਾ ਕਰਨੀ ਆ ਉਹ ਲੋਕ ਪਰਲੋਕ ਵਿਗਾੜ ਦਿੰਦੀ ਹੈ ਮੇਰੀ ਇਹ ਆਪਣੀ ਜਿਹੜੀ ਸਮਝ ਅਨੁਸਾਰ ਅਨੁਪ ਅਨੁਸਾਰ ਮੈਂ ਬਚਨ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਹਾ ਜੋ ਨਿੰਦਾ ਇਸਕਾ ਪਤਨ ਹੋਏ ਜਿਹੜਾ ਵੀ ਨਿੰਦਾ ਕਰੂਗਾ ਉਹਦਾ ਜਿਹੜਾ ਵਾ ਪਤਨ ਹੋ ਜਾਏਗਾ ਉਹਦਾ ਨਾਸ ਹੋ ਜਾਏਗਾ ਮੈਂ ਇਹੋ ਹੀ ਗੱਲ ਸਮਝਦਾ ਜੇ ਤੇ ਅਹੀਂ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਸੰਤਾ ਜਰ ਨਾਲ ਸਿੰਘ ਮਹਾਂਪੁਰਸ਼ਾਂ ਨੂੰ ਚੜ੍ਹਦੀ ਕਲਾ 'ਚ ਮੰਨ ਕੇ ਉਹਨਾਂ ਦੀ ਅਗਵਾਈ ਵਿੱਚ ਜੇ ਚੱਲਾਂਗੇ ਤੇ ਫੇਰ ਹੀ ਕੋ ਚੜ੍ਹਦੀ ਕਲਾ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦ੍ਰਿਗ નિਸ਼ਚਾ ਭਰੋਸਾ ਰੱਖ ਕੇ ਮੇਰੀ ਇਹ ਸਮਝ ਕਹਿੰਦੀ ਆਗੇ ਸੰਗਤਾਂ ਦੀ ਸਾਰੇ ਪੰਥ ਦੀ ਆਪਣੀ ਮਰਜ਼ੀ ਆ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁਲਾ ਦੀ ਆਪ ਜੀ ਨੇ ਮਾਫ਼ੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ